ਜੀ ਆਇਆਂ ਨੂੰ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਪ੍ਰੋਗਰਾਮ ਦੇਸੀ ਗੱਲਾਂ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਅਰ ਸਿੱਧੂ ਤੇ ਮੇਰੇ ਨਾਲ ਨੇ ਪੈਣ ਕੀਮਤ ਢਿੱਲੋ ਸਤਿ ਸ੍ਰੀ ਅਕਾਲ ਜੀ ਕਹਿੰਦੇ ਪ੍ਰੋਗਰਾਮ ਬਾਰੇ ਜ਼ਰੂਰ ਸਾਂਝ ਪਾਓ ਅੱਜ ਆਪਾਂ ਕਰਾਂਗੇ ਅਰਚ ਸ਼ਹਿਰ ਦੇ ਤੇ ਪਿੰਡੂ ਹਨਾ ਵੀ ਸ਼ਹਿਰ 'ਚ ਜਦੋਂ ਅਸੀਂ ਕਈ ਵਾਰ ਪਿੰਡਾਂ 'ਚ ਉੱਠ ਕੇ ਸ਼ਹਿਰ 'ਚ ਆ ਜਾਈਏ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਦਿੱਕਤ ਆਉਂਦੀ ਹੈ ਜਾਂ ਸਾਨੂੰ ਕਿਹੜੀ ਕਿਹੜੀ ਚੀਜ਼ ਤੇ ਕਜੂਸੀ ਕਰਨੀ ਪੈਂਦੀ ਹੈ ਫਿਰ ਜੀ ਭਨੇ ਜਦੋਂ ਆਪਾਂ ਪਿੰਡਾਂ 'ਚ ਮੇਰੇ ਨਾਲ ਦਾ ਰਹਿੰਦੇ ਆ ਹਨਾ ਉੱਥੇ ਖੁੱਲ੍ਹੜੁੱਲ੍ਹਾ ਮਾਹੌ ਕਿਉਂਕਿ ਆਪਣੇ ਕੋਲ ਜਗ੍ਹਾ ਵੀ ਬਹੁਤ ਸਾਰੀ ਹੁੰਦੀ ਆ ਘਰ ਵੀ ਆਪਣਾ ਪੂਰਾ ਖੁੱਲਾ ਹੁੰਦਾ ਹੁਣ ਤੁਸੀਂ ਦੇਖੋ ਜਦੋਂ ਮੈਨੂੰ ਲੱਗਦਾ ਵੀ ਆਪਾਂ ਪਿੰਡ 'ਚ ਰਹਿੰਨੇ ਆ ਆਪਣੇ ਕਮਰੇ ਵਗੈਰਾ ਹਨਾ ਪੂਰੇ ਖੁੱਲੇ-ਖੁੱਲੇ ਪਾਏ ਹੁੰਦੇ ਹੈਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਜਦੋਂ ਵਿੜਾ ਆਪਣਾ ਬਹੁਤ ਖੁੱਲਾ ਹੁੰਦਾ ਜਦੋਂ ਆਪਾਂ ਕਮਰੇ 'ਚ ਨਹੀਂ ਬੈਠ ਸਕਦੇ ਆਪਾਂ ਵਿੜੇ ਜਾ ਕੇ ਬੈਠ ਜਾਂਦੇ ਆ ਪਰ ਮੈਨੂੰ ਲੱਗਦਾ ਵੀ ਇਹ ਦਿੱਕਤ ਜਦੋਂ ਆਪਾਂ ਵੀ ਪਿੰਡ ਤੋਂ ਸ਼ਹਿਰ ਵੱਲ ਜਾਂਦੇ ਆ ਹਨਾ ਤੇ ਸ਼ਹਿਰ ਦੇ ਵਿੱਚ ਆਪਣੇ ਕੋਲ ਜਗ੍ਹਾ ਸਿਰਫ ਰਹਿਣ ਸਹਣ ਦੀ ਮਸਾ ਹੁੰਦੀ ਹੈ ਤੇ ਉਹਦੇ ਵਿੱਚ ਆਪਣੇ ਕੋਲ ਨਿੱਕੇ ਨਿੱਕੇ ਘਰ ਹੁੰਦੇ ਆਪਾਂ ਕਹਿੰਨੇ ਕਿ ਚੋਰਾਾਂ ਚ ਜਾ ਕੇ ਰਹਿਣਾ ਪੈਂਦਾ ਹੈ ਨਾ ਆਪਣੇ ਜਦੋਂ ਹੁਣ ਪਿੰਡਾਂ ਵਾਲੇ ਤੁਸੀਂ ਦੇਖੋ ਵੀ ਫੋਰਨ ਦੇ ਵਿੱਚ ਜਾਂਦੇ ਆ ਹੁਣ ਜਦੋਂ ਉੱਥੇ ਪਹਿਲਾਂ ਪਹਿਲਾਂ ਬੱਚਾ ਜਾਂਦਾ ਉਹਨਾਂ ਨੂੰ ਬੇਸਮੈਂਟਾਂ 'ਚ ਰਹਿਣਾ ਪੈਂਦਾ ਹੁਣ ਬੇਸਮੈਂਟਾਂ 'ਚ ਕੀ ਹੁੰਦਾ ਜਿਹੜੀ ਉਹ ਇੱਕ ਛੋਟੀ ਜੀ ਜਗ੍ਹਾ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਸਾਰਾ ਘਰ ਬਣਾਇਆ ਹੁੰਦਾ ਉਹਦਾ ਤੁਸੀਂ ਦੇਖੋ ਇੱਕ ਖਿਚੋਰ ਦੇ ਵਿੱਚ ਜਦੋਂ ਆਪਾਂ ਜਾ ਕੇ ਰਹਿਣਾ ਹੋਵੇ ਕਿ ਖੁੱਲੇ ਮਾਹੌਲ ਚ ਤੋਂ ਬੰਦੇ ਨੂੰ ਕਿੰਨਾ ਤੰਗ ਹੋ ਕੇ ਰਹਿਣਾ ਪੈਂਦਾ ਫਿਰ ਉਹ ਹੌਲੀ ਹੌਲੀ ਗਿੱਜਤਾ ਜਾਂਦਾ ਪਰ ਉਹਨੂੰ ਕਿਰਾਂ-ਕਿਰਾਂ ਤਾਂ ਬਹੁਤ ਅਖਿਆਈ ਹੁੰਦੀ ਹੈ ਬਿਲਕੁਲ ਅਰਚ ਜਿਵੇਂ ਤੁਸੀਂ ਕਿਹਾ ਪਿੰਡਾਂ ਚ ਆਪਣੇ ਘਰ ਬਹੁਤ ਖੁੱਲੇ ਹੁੰਦੇ ਹਨ ਤੇ ਸ਼ਹਿਰ ਚ ਜਦੋਂ ਆਪਾਂ ਜਗ੍ਹਾ ਲੈਣੀ ਹੁੰਦੀ ਹੈ ਤੇ ਉਦੋਂ ਆਪਣੇ ਪਲਾਟਾਂ ਦੇ ਹਿਸਾਬ ਨਾਲ ਹੋ ਜਾਂਦੀ ਹੈ ਨਾ ਬਿਮੰਤੀ ਹੋ ਜਾਂਦੀ ਜਿਵੇਂ ਜਿਵੇਂ ਪਲਾਟ ਆਪਾਂ ਵੱਡਾ ਲੈਣੀ ਉਹ ਵੇ ਮਹਿੰਗਾ ਹੋ ਜਾਂਦਾ ਫਿਰ ਆਪਾਂ ਨੂੰ ਉੱਥੇ ਉਹਨਾਂ ਕ ਲੈਣਾ ਪੈਂਦਾ ਆਪਾਂ ਨੂੰ ਆਉਂਦਾ ਹੈ ਵੀ ਇੰਨੇ ਕ ਨਾਲ ਸਾਡਾ ਸਰਜੂ ਤੇ ਉਹਨਾਂ ਕ ਪਲਾਟ ਆਪਾਂ ਲੈਣੇ ਹਨ ਆਪਣੇ ਨੌਰਾ ਵੀ ਹੁੰਦਾ ਜਾਂ ਕੋਈ ਬਾਹਰਲਾ ਕਰ ਕਹਿ ਦਿੰਦਾ ਹਨਾ ਵੀ ਉਹ ਵੀ ਕਿੰਨੀ ਜਗ੍ਹਾ ਖੁੱਲੀ ਹੁੰਦੀ ਹੈ ਪਿੰਡਾਂ ਚ ਤਾਂ ਬਹੁਤ ਘਰ ਹੁੰਦਾ ਆਪਣੇ ਲਈ ਖੁੱਲਾ ਹਨਾ ਤੇ ਵੇਖੋ ਹੁਣ ਸਾਨੂੰ ਵੀ ਜਿਵੇਂ ਅਸੀਂ ਵੀ ਪਹਿਲਾਂ ਪਿੰਡ ਚ ਹੀ ਰਹਿੰਦੇ ਸੀ ਖੁਦ ਤੇ ਹੁਣ ਸਾਨੂੰ ਸੀ 7 ਸਾਲ ਹੋ ਗਏ ਵੀ ਹੁਣ ਅਸੀਂ ਸ਼ਹਿਰ ਚ ਆਏ ਆ ਹਨਾ ਤੇ ਜਿਵੇਂ ਪਿੰਡਾਂ ਚ ਹੁੰਦਾ ਵੀ ਹਰ ਇੱਕ ਚੀਜ਼ ਵੀ ਵਧੀਆ ਆਪਦੇ ਘਰੇ ਆ ਗਈ ਜਾਂਦੀ ਏ ਵੀ ਥਾਂ ਵੀ ਹੁੰਦਾ ਖੇਤਾਂ ਚ ਵੀ ਆਪਣੇ ਹੁੰਦਾ ਵੀ ਖੇਤਾਂ ਚ ਵੀ ਸਬਜ਼ੀ ਆਪਾਂ ਬੀਜ ਸਕਦੇ ਹਾਂ ਹਨਾ ਤੇ ਹੁਣ ਜਿਵੇਂ ਅਸੀਂ ਸ਼ਹਿਰ ਚ ਆਏ ਤੇ ਸ਼ਹਿਰ ਚ ਵੀ ਜੀ ਆਪਾਂ ਕੋਸ਼ਿਸ਼ ਕਰੀਏ ਤਾਂ ਵੀ ਅਸੀਂ ਨਾਲ ਦਾ ਜਿਵੇਂ ਪਲਾਟ ਲੈ ਰੱਖਿਆ ਉਹ ਚ ਅਸੀਂ ਆਪਦੇ ਖ ਵਾਰਦਾ ਤਾਂ ਸਬਜ਼ੀ ਨੂੰ ਉਹਦੇ ਨਾਲ ਵੀ ਸਰੀ ਜਾਂਦਾ ਤੇ ਅਸੀਂ ਫਲਾਂ ਦੇ ਬੂਟੇ ਵੀ ਲਾ ਰੱਖੇ ਚਲੋ ਨਹੀਂ ਬਾਹਲੇ ਤਾਂ ਆਪਦੇ ਥੋੜੇ ਬਹੁਤੇ ਤਾਂ ਫਲ ਵੀ ਲੈਦੇ ਲੈਂਦੇ ਹਨਾ ਵੀ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਸ਼ਹਿਰ ਚ ਆ ਕੇ ਵੀ ਥੋੜਾ ਬਹੁਤਾ ਵੀ ਆਪਦੇ ਮਿੰਟ ਜੋਗਾ ਘਰ ਜੋਗਾ ਵੀ ਬਾਣੀ ਸਕਦਾ ਕੁਝ ਨਾ ਕੁਝ ਹਾਂ ਜਿਵੇਂ ਪਹਿਣੀ ਆਪਾਂ ਪਿੰਡ ਚ ਆਪਣੇ ਘਰ ਹੁੰਦੇ ਹਨਾ ਹਰ ਇੱਕ ਕਮਰੇ ਦੇ ਵਿੱਚ ਆਪਾਂ ਰੋਸ਼ਨਦਾਨ ਰੱਖਦੇ ਆਂ ਜਿਹੜਾ ਸਾਹ ਆਉਂਦਾ ਰਵੇ ਜਿਹੜੀ ਅੰਦਰਲੀ ਗੁੰਮਸਾ ਉਹ ਬਾਹਰ ਨਿਕਲਦੀ ਰਵੇ ਹੁਣ ਜਿਹੜੀਆਂ ਉਧਰਲੇ ਘਰ ਆ ਗਏ ਆਪਾਂ ਸ਼ਹਿਰਾਂ ਦੇ ਵਿੱਚ ਕਹਿ ਲਈਏ ਜਾਂ ਵੀ ਫੋਰਨ ਦੇ ਵਿੱਚ ਜੋ ਆਪਾਂ ਨੂੰ ਬੇਸਮੈਂਟ ਅਸੀਂ ਰਹਿਣਾ ਪੈਂਦਾ ਉੱਥੇ ਤਾਂ ਮੇਲੇ ਦਾ ਰੋਸ਼ਨ ਦਾਣ ਵੀ ਨਹੀਂ ਇੰਨੇ ਹੁੰਦੇ ਹੈਗੇ ਆਪਾਂ ਕਹਿੰਦੇ ਹਾਈ ਸਾਡੇ ਤਾਂ ਸਾਹ ਬੰਦ ਹੁੰਦਾ ਹੈ ਨਾ ਕਿਵੇਂ ਰਵਾਂਗੇ ਇੱਥੇ ਆਪਾਂ ਤਾਂ ਹਜ਼ਾਰ ਚ ਬਿਲਕੁਲ ਹਜੇ ਰਹਿ ਵੀ ਸਕਦੇ ਜਿਹੜੇ ਆਪਣੇ ਵੱਡੇ ਬਜ਼ੁਰਗ ਉਹਨਾਂ ਤੋਂ ਜਿਵੇਂ ਹੀ ਨਹੀਂ ਰਹਿ ਜਾਂਦਾ ਹੈ ਨਾ ਜੀ ਉਹਨਾਂ ਤਾਂ ਉਹ ਆਮ ਵੀ ਜਿਹੜੇ ਕਮਰੇ ਚ ਪੈਂਦੇ ਤੋਂ ਉਹ ਕਹਿੰਦੇ ਤੇ ਅਸੀਂ ਇੱਕ ਖਿੜਕੀ ਖੋਲ ਕੇ ਰੱਖਣੀ ਹੈ ਵੀ ਸਾਨੂੰ ਰੱਬ ਦਿਸਦਾ ਰਹੇ ਫੇਰ ਸਾਡੇ ਸਾਹ ਦਾ ਸੌਕਾ ਹੁੰਦਾ ਜੀ ਮਤਲਬ ਆਪਾਂ ਤੁਸੀਂ ਪਹਿਣੀ ਹੁਣ ਇਹ ਦੇਖੋ ਜਦੋਂ ਆਪਾਂ ਆਪਸ ਦੇ ਵਿੱਚ ਗੱਲ ਕਰਦੇ ਆ ਹਨਾ ਜੀ ਹੁਣ ਆਪਣੇ ਵਿਚਾਲੇ ਕੋਈ ਆ ਕੇ ਖੜ ਜੇ ਤਾਂ ਆਪਾਂ ਇਹ ਪਾਸੇ ਹੋਊ ਕਿ ਗੱਲ ਕਰਦੇ ਵੀ ਬੰਦਾ ਆਪਾਂ ਨੂੰ ਦਿਖੇ ਹੈ ਨਾ ਫੇਰ ਹੀ ਆਪਾਂ ਨੂੰ ਗੱਲ ਕਰਨ ਦਾ ਮਜ਼ਾ ਜ ਆਉਂਦਾ ਵੀ ਹਾਂ ਉਹ ਬੰਦਾ ਹੰਗਾਰਾ ਮੂਰੇ ਭਰੀ ਜਾਂਦਾ ਨਹੀਂ ਤਾਂ ਆਪਾਂ ਨੂੰ ਗੱਲ ਸੁਣਨ ਦਾ ਤਾਂ ਸਵਾਦ ਜ ਨਹੀਂ ਆਉਂਦਾ ਜੇ ਕੋਈ ਮੂਰੇ ਹੋ ਜੇ ਤਾਂ ਜੀ ਅਸੀਂ ਜਦੋਂ ਘਰੇ ਗੱਲਬਾਤ ਕਰਦੇ ਹਾਂ ਨਾ ਜੇ ਮੇਰਾ ਭਰਾ ਹਨਾ ਵਿੱਚ ਦੀਆਂ ਐ ਨੰਗੇ ਤੇ ਮੈਂ ਉਹਨੂੰ ਪਾਸੇ ਕਰੀਓ ਮੈਨੂੰ ਕਹਿੰਦਾ ਕਿਵੇਂ ਤੈਨੂੰ ਦੀਨਾ ਨਹੀਂ ਤੂੰ ਗੱਲ ਨਹੀਂ ਕਰ ਸਕਦੀ ਮਤਲਬ ਜਿੰਨਾ ਟਾਈਮ ਮਿਲਦਾ ਬੰਦਾ ਹਨਾ ਸਾਹਮਣੇ ਵਾਲਾ ਦਿਖੇ ਨਾ ਜਿੰਨਾ ਆਪਾਂ ਗੱਲ ਕਰੀਏ ਉਹਨਾਂ ਟਾਈਮ ਆਪਾਂ ਨੂੰ ਗੱਲ ਵੀ ਨਹੀਂ ਆਉਂ ਰਹਿਣਾ ਜਿੰਨਾ ਟਾਈਮ ਉਹ ਲੈਦਾ ਆਪਾਂ ਨੂੰ ਬਾਹਰਲਾ এনवायरमेंट ਨਹੀਂ ਦੀਂਦਾ ਹੈਗਾ ਉਹਨਾਂ ਟਾਈਮ ਆਪਣੀ ਅੰਦਰ ਆਏ ਜਿ ਲੱਗਿਆ ਰਹਿੰਦਾ ਵੀ ਉਹ ਫਰੈਸ਼ じゃ ਨਹੀਂ ਬੰਦਾ ਹੁੰਦਾ ਹਨ ਤੇ ਉਵੇਂ ਹੁਣ ਤੁਸੀਂ ਦੇਖੋ ਜਿੰਨੀ ਆਪਣੇ ਕੋਲ ਢੀੜੀ ਜਗ੍ਹਾ ਹੁੰਦੀ ਹੈ ਚਲੋ ਆਪਾਂ ਨੂੰ ਰਹਿਣਾ ਤਾਂ ਪੈਂਦਾ ਸਭ ਤੋਂ ਵੱਡੀ ਕਮੀ ਕਿਉਂਦੀ ਆ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਜਦੋਂ ਸ਼ਹਿਰ ਦੇ ਵਿੱਚ ਹਨਾ ਆਏ ਤੇ ਉੱਥੇ ਤੁਸੀਂ ਸਬਜ਼ੀ ਵਾਸਤੇ ਜਗ੍ਹਾ ਬਣਾਈ ਹੋਈ ਆ ਹੁਣ ਸ਼ਹਿਰ ਦੇ ਵਿੱਚ ਆਪਾਂ ਨੂੰ ਬਹੁਤ ਔਖਾ ਹੋ ਜਾਂਦਾ ਹਨਾ ਜਿੱਥੇ ਆਪਾਂ ਪਲਾਟ ਲੈਣੇ ਆ ਜੇ ਆਸੇ ਪਾਸੇ ਉਹਦੇ ਖਾਲੀ ਜਗ੍ਹਾ ਨਾ ਹੋਵੇ ਉਹ ਇਨਸਾਨ ਵਾਸਤੇ ਕਿੱਡਾ ਔਖਾ ਨਾ ਉਹ ਸਬਜ਼ੀ ਉਗਾ ਸਕਦਾ ਕਿਤੇ ਹਨਾ ਕਿਉਂਕਿ ਉਹਦੇ ਕੋਲ ਥਾਂ ਹੀ ਨਹੀਂ ਸਭ ਚੀਜ਼ਾਂ ਪੱਕੀਆਂ ਹੁੰਦੀਆਂ ਫਿਰ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਤੁਸੀਂ ਦੇਖੋ ਆਪਾਂ ਘਰਾਂ ਦੇ ਵਿੱਚ ਹੀ ਬਾਗੀਚੇ ਲਾ ਰੱਖੇ ਹੁੰਦੇ ਹਨਾ ਫਰੈਸ਼ ਆਪਾਂ ਸਬਜ਼ੀ ਖਾਣੇ ਹੈਗੇ ਤੇ ਉਹ ਕਿੱਡੀ ਵਧੀਆ ਚੀਜ਼ ਹੈ ਵੀ ਆਪਾਂ ਹਰ ਰੋਜ਼ ਤਾਜੀ ਸਬਜ਼ੀ ਤੋੜ ਕੇ ਖਾਣੀ ਹਨਾ ਤਾਂ ਹਰਿਆਲੀ ਆਪਾਂ ਬੂਟੇ ਕਿੰਨੇ ਲਾਉਣੇ ਹੈਗੇ ਘਾਹ ਲਾ ਲੰਦੇ ਹਨਾ ਕਿਉਂਕਿ ਆਪਣੇ ਵਿਹੜੇ ਬਹੁਤ ਵੱਡੇ ਹੁੰਦੇ ਵੱਡੇ ਹੁੰਦੇ ਅਰਚ ਜੀ ਪਿੰਡਾਂ ਦੇ ਵਿੱਚ ਤਾਂ ਉਹ ਵੀ ਹਰਿਆਲੀ ਬਹੁਤ ਜ਼ਿਆਦਾ ਹੁੰਦੀ ਹੈ ਭੈਣੇ ਸ਼ਹਿਰਾਂ ਦੇ ਵਿੱਚ ਆਪਾਂ ਗਮਲਿਆਂ ਦੇ ਵਿੱਚੋਂ ਹਰਿਆਲੀ ਲਾਭਦੇ ਆ ਵੀ ਕਿਤੇ ਸਾਨੂੰ ਕੋਈ ਗਮਲੇ ਦੇ ਬੂਟੇ ਚ ਹੈ ਨਾ ਉਹ ਨਜ਼ਾਰਾ ਆ ਜਿਹੜੀ ਆਪਾਂ ਦੂਰ ਦੂਰ ਤੱਕ ਪਿੰਡਾਂ 'ਚ ਹਰਿਆਲੀ ਦੇਣੇ ਬਿਲਕੁਲ ਅਰਚੀ ਜਿਵੇਂ ਤੁਸੀਂ ਕਹਿਆ ਪਿੰਡ ਤੇ ਸ਼ਹਿਰ ਦਾ ਤਾਂ ਫਰਕ ਬਹੁਤ ਪੈ ਜਾਂਦਾ ਹੈ ਨਾ ਵੀ ਸ਼ਹਿਰ ਦਾ ਜਗਾ ਥੋੜੀ ਜਿਹੀ ਘਾਟੀ ਹੁੰਦੀ ਤੇ ਪਿੰਡ ਦੀ ਜ਼ਿਆਦਾ ਖੁੱਲੀ ਹੁੰਦੀ ਹੈ ਵੀ ਉਂ ਵੇਖੋ ਅਰਚੀ ਜਿਵੇਂ ਸ਼ਹਿਰ ਚ ਆਪਾਂ ਆ ਜਾਈਏ ਤੇ ਸ਼ਹਿਰ ਚ ਆਪਣੀ ਹਰ ਇੱਕ ਚੀਜ਼ ਮੁੱਲ ਦੀ ਹੋ ਜਾਂਦੀ ਹੈ ਨਾ ਤੇ ਪਿੰਡਾਂ ਚ ਆਪ ਨੂੰ ਇਹ ਜੀ ਦਿੱਕਤ ਨਹੀਂ ਹੁੰਦੀ ਆਪਾਂ ਸਬਜ਼ੀ ਵੀ ਆਪਦੀ ਘਰੇ اگਾ ਸਕਦੇ ਹਾਂ ਨਾ ਤੇ ਜਿਵੇਂ ਨੂਨ ਮਿਰਚ ਜੇ ਵੇਖੇ ਆਪਾਂ ਲੱਗੇ ਤਾਂ ਕੱਲੀ ਆਪਨ ਨੂੰ ਲੱਗਦਾ ਬਾਜ਼ਾਰ ਚੋਂ ਨੂਨ ਲੈਣਾ ਪੈਂਦਾ ਤੇ ਇੱਕ ਚਾਹ ਲੈਣੀ ਪੈਂਦੀ ਹੈ ਨਾ ਵੀ ਮਿਰਚ ਵੀ ਆਪਣੇ ਖੇਤ ਚ ਹੋ ਜਾਂਦੀ ਹੈ ਤੇ ਇਹ ਮਹਲਦੀ ਵੀ ਹੋ ਜਾਂਦੀ ਮਸਾਲਾ ਵੀ ਹੋ ਜਾਂਦਾ ਸਾਰੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਹਨਾ ਜੇ ਸਬਜ਼ੀਏ ਤਾਂ ਉਹ ਵੀ ਆਪਣੇ ਖੇਤ 'ਚ ਹਰ ਇੱਕ ਅਗਾਹੀ ਜਾਂ ਸਾਫਦੀ ਹੈ ਤੇ ਜੇ ਫਾਲਾ ਤਾਂ ਆਪਾਂ ਉਹ ਵੀ ਘਰੇ ਬੂਟੇ ਲਾ ਲੈਨੇ ਜਾਂ ਆਪਾਂ ਖੇਤ ਵੀ ਲਾ ਲੈਨੇ ਜਿਵੇਂ ਜਾਮਣ ਜੂਮਣਾਂ ਦੇ ਬੂਟੇ ਤਾਂ ਜਿਆਦਾ ਖੇਤਾਂ 'ਚ ਹੀ ਹੁੰਦੇ ਆ ਹਨਾ ਤੇ ਉਦੋਂ ਉਹਨਾਂ ਦਿਨਾਂ 'ਚ ਖੇਤਾਂ ਤੋਂ ਕਿੰਨੇ-ਕਿੰਨੀਆਂ ਜਾਮਣਾ ਲੈ ਕੇ ਆਉਨੇ ਹੁੰਦੇ ਆ ਤੇ ਜਦੋਂ ਆਪਾਂ ਫਿਰ ਸ਼ਹਿਰ ਚ ਆ ਜene ਇਹੀ ਫਿਰ ਆਪਾਂ ਨੂੰ ਜਾਮਣਾ ਮੁੱਲ ਲੈਣੀਆਂ ਪੈਂਦੀਆਂ ਜੀ ਤੇ ਇੰਨਾ ਫਰਕ ਪੈ ਜਾਂਦਾ ਵੀ ਜਿਹੜੇ ਪਿੰਡ ਵਾਲਾ ਜੀਵਨ ਹੁੰਦਾ ਵੀ ਉਹ ਥੋੜਾ ਜਿਹਾ ਖੁੱਲਾ ਹੁੰਦਾ ਹਨਾ ਉੱਥੇ ਦੁੱਧ ਦੇਣ ਦੀ ਵੀ ਕਾਸੀ ਦੀ ਦਿੱਕਤ ਨਹੀਂ ਹੁੰਦੀ ਤੇ ਸ਼ਹਿਰਕੀ ਚੀਜ਼ ਦੀ ਥੋੜੀ ਜਿਹੀ ਕਿਰਸਨਾ ਵਰਤਣਾ ਪੈਂਦਾ ਫਿਰ ਜੀ ਪਿੰਨੇ ਉਹ ਇਹ ਆ ਦੇਖੋ ਆਪਣੇ ਪਿੰਨਾ ਚ ਜਦੋਂ ਮਾਹੌਲ ਖੁੱਲਾ ਡੁੱਲਾ ਹੋਵੇ ਨਾ ਤਾਂ ਆਪਾਂ ਨੂੰ ਕਿਤੇ ਬਾਹਰ ਜਾ ਕੇ ਰਹਿਣਾ ਬਹੁਤ ਔਖਾ ਹੋ ਜਾਂਦਾ ਪਰ ਮੈਨੂੰ ਲੱਗਦਾ ਵੀ ਇੱਕ ਗੱਲ ਜ਼ਰੂਰ ਹੈ ਸ਼ਹਿਰਾਂ ਦੇ ਵਿੱਚ ਜਦੋਂ ਆਪ ਬੰਦਾ ਰਹਿਣ ਲੱਗ ਜੇ ਨਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕਿਵੇਂ ਰਹਿਣਾ ਬਹਿਣਾ ਕੀ ਕੁਛ ਖਾਣਾ ਪੀਣਾ ਹਨਾ ਕਿਵੇਂ ਖਾਣਾਗਾ ਉਹਨੂੰ ਕਿੰਨਾ ਕਿੰਨਾ ਵਰਤਨਾ ਜਾਂ ਕਿਹਦੇ ਨਾਲ ਕਿਵੇਂ ਮੈਂ ਗੱਲਬਾਤ ਕਰਨੀ ਆ ਉਹ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਆਪਾਂ ਸ਼ਹਿਰ 'ਚ ਰਹਿ ਕੇ ਬਹੁਤ ਵਧੀਆ ਸਿੱਖ ਸਕਦੇ ਆ ਵੀ ਜਦੋਂ ਆਪਾਂ ਕਿਤੇ ਇੱਕ ਟਾਈਮ ਬਾਹਰ ਰਹਿਣਾ ਪਾਵੇ ਤਾਂ ਉਸ ਬੰਦੇ ਨੂੰ ਦਿੱਕਤ ਜਮਾਂ ਵੀ ਨਹੀਂ ਆਉਂਦੀ ਹੈਗੀ ਕਿਉਂਕਿ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨ ਲੱਗ ਜਾਂਦਾ ਹੁਣ ਤੁਸੀਂ ਦੇਖੋ ਸਭ ਤੋਂ ਪਹਿਲੀ ਆਪਣੀ ਦਿੱਕਤ ਸ਼ਹਿਰ ਦੇ ਵਿੱਚ ਕੀ ਹੁੰਦੀ ਆ ਖਾਣ ਪੀਣ ਦੀ ਜਦੋਂ ਤੁਸੀਂ ਦੇਖੋ ਆਪਾਂ ਪਿੰਡ ਦੇ ਵਿੱਚ ਨਾ ਆਪਣੇ ਘਰਾਂ ਵਿੱਚ ਪਸ਼ੂ ਰੱਖੇ ਹੁੰਦੇ ਆ ਹਨਾ ਆਪਾਂ ਨੂੰ ਕੋਈ ਫਿਕਰ ਹੀ ਨਹੀਂ ਹੁੰਦਾ ਚਾਹ ਪਾਣੀ ਦਾ ਕੋਈ ਦੁੱਧ ਦਾ ਕੋਈ ਦਹੀਂ ਦਾ ਕੋਈ ਪਨੀਰ ਆ ਹਨਾ ਕੋਈ ਰਿਸ਼ਤੇਦਾਰ ਚਾਰ ਆ ਵੀ ਜਾਂਦੇ ਆ ਤਾਂ ਆਪਾਂ ਖੁਸ਼ੀ-ਖੁਸ਼ੀ ਉਹਨਾਂ ਨੂੰ ਘਰੇ ਲੈ ਕੇ ਆਉਣੇ ਚਾਹ ਪਾਣੀ ਪਿਉਣੇ ਆ ਨਹੀਂ ਤਾਂ ਆਪਣੇ ਪਿੰਡ 'ਚ ਕੋਈ ਗਲੀ ਚ ਨੰਗਦਾ ਹੋਵੇ ਨਾ ਆਪਾਂ ਨੂੰ ਵੀ ਕਹਿੰਨੇ ਵੀ ਆਜੋ ਭਾਈ ਚਾਹ ਪੀ ਕੇ ਜਾਇਓ ਹਨਾ ਪਿੰਡ 'ਚ ਇਹ ਤੇ ਚੀਜ਼ਾਂ ਦੀ ਥੋੜ੍ਹ ਨਹੀਂ ਹੁੰਦੀ ਅੱਜ ਜੀ ਤੇ ਜਦੋਂ ਆਪਾਂ ਸ਼ਹਿਰ 'ਚ ਮਿਲਣਾ ਦਾ ਰਹਿੰਦੇ ਹੋਈਏ ਉੱਥੇ ਆਪਣੇ ਕੋਲ ਵੀ ਆਪਾਂ ਕਿਹੜੇ ਪਸ਼ੂ ਰੱਖ ਸਕਦੇ ਆ ਹਨਾ ਤੇ ਇੱਕ ਜਦੋਂ ਆਪਣਾ ਸ਼ਹਿਰ ਚ ਲਈ ਨਾ ਆਪਾਂ ਹੁੰਦਾ ਵੀ ਆਏ ਵੀ ਆਪਾਂ ਪਸ਼ੂ ਨਾ ਰੱਖੀ ਰੱਖਤਾ ਵੀ ਆਪਾਂ ਸਕਦੇ ਆ ਪਰ ਉੱਥੇ ਆਪਾਂ ਹੁੰਦਾ ਵੀ ਨਹੀਂ ਹੁਣ ਤਾਂ ਸੇ ਸ਼ਹਿਰੀ ਵੱਜਣ ਲੱਗ ਗਏ ਹੈਨਾ ਵੀ ਹੁਣ ਆਪਾਂ ਉਹ ਪਿੰਡਾਂ ਵਾਲੀ ਚੀਜ਼ ਨਹੀਂ ਕਰਨੀ ਹੁਣ ਉੱਥੇ ਆਪਾਂ ਦੁੱਧ ਮੁੱਲ ਲੈਨੇ ਆਂ ਦੁੱਧ ਆਪਾਂ ਫਿਰ ਵੀ ਚਲੋ ਆਪਾਂ ਕਹਿਨੇ ਵੀ ਇੱਕ ਦੋ ਕਾਪ ਆਪਾਂ ਵੱਧ ਰੱਖ ਲੈਂਦੇ ਆ ਵੀ ਕੋਈ ਆਇਆ ਗਈ ਆਇੰਦਾ ਜਦੋਂ ਕੋਈ ਚਾਰ ਪੰਜ ਜਾਣੇ ਆਪਾਂ ਦੇਖ ਲਈ ਵੀ ਅੱਜ ਕੋਈ ਆ ਗਿਆ ਹਨਾ ਉਦੋਂ ਆਪਣੇ ਹਾਲ ਪੈਣ ਦੇ ਵੀ ਹਾਏ ਦੁੱਧ ਤਾਂ ਹੈ ਨਹੀਂ ਹੁਣ ਕੀ ਕਰਾਂਗੇ ਉਦੋਂ ਆਪਾਂ ਨੂੰ ਇਹ ਲੱਗਿਆ ਰਹਿੰਦਾ ਵੀ ਕਦੋਂ ਇਹ ਜਾਣ ਵੀ ਸਾਨੂੰ ਕਿਤੇ ਦੂਰੀ ਆਦੀ ਜਾਣਾ ਕਰਨੀ ਪਏ ਤੇ ਸਾਨੂੰ ਦੁਕਾਨ ਤੋਂ ਦੁੱਧ ਲਿਆਉਣਾ ਪਊਗਾ ਹਨਾ ਉਹ ਚੀਜ਼ ਆਪਣੇ ਲਈ ਕਿੰਨੀ ਔਖੀ ਹੋ ਜਾਂਦੀ ਹੈ ਉੱਥੇ ਆਪਾਂ ਇਹੀ ਸੋਚੀ ਇੰਨੇ ਹਨਾ ਵੀ ਹਾਏ ਰਿਸ਼ਤੇਦਾਰ ਦੂਰੀਰ ਜਾਣਾ ਮੰਗਿਲੇ ਤੇ ਇਹ ਚੀਜ਼ਾਂ ਮੇਰੇ ਲੱਗਦਾ ਵੀ ਕਾਫੀ ਆਪਾਂ ਨੂੰ ਦਿੱਕਤ ਆਉਂਦੀ ਹੈ। ਬਿਲਕੁਲ ਅਰਜੀ ਜਿਵੇਂ ਤੁਸੀਂ ਕਹੇ ਦੁੱਧ ਦਾ ਹਨਾ ਵੀ ਸ਼ਹਿਰ 'ਚ ਆਪਾਂ ਦੁੱਧ ਲੈ ਵੀ ਲੈਂਦੇ ਆ ਸਾਨੂੰ ਲੈਣਾ ਵੀ ਪੈਂਦਾ ਹਨਾ। ਵੀ ਸਾਡੀ ਮਜਬੂਰੀ ਹੁੰਦੀ ਵੀ ਜਦੋਂ ਘਰੇ ਪਸ਼ੂ ਨਹੀਂ ਹੁੰਦੇ ਤੇ ਘਰੇ ਸਾਨੂੰ ਦੁੱਧ ਦਾ ਕੋਈ ਦਿੱਕਤ ਨਹੀਂ ਹੁੰਦੀ ਤੇ ਬਾਕੀ ਸਿਰੇ ਆਪਾਂ ਨੂੰ ਇਹ ਪਤਾ ਹੁੰਦਾ ਵੀ ਸਾਡੀ ਐਸ ਸਮਾਜ ਦੇ ਦਾ ਦੁੱਧ ਦਾ ਜਾਂ ਗਾਂ ਦਾ ਦੁੱਧ ਇਹ ਸਾਡਾ ਬਹੁਤ ਵਧੀਆ ਹਨਾ ਵੀ ਹੁਣ ਆਪਾਂ ਨੂੰ ਵੀ ਐ ਪਤਾ ਵੀ ਜਿਵੇਂ ਮੱਝਾਂ ਦੇ ਕਹਿੰਦੇ ਟੀਕਾ ਲਾ ਕੇ ਜਿਹੜਾ ਦੁੱਧ ਹੁੰਦਾ ਵੀ ਉਹ ਵਰਤਣਾ ਨਹੀਂ ਚਾਹੀਦਾ ਹਨਾ ਜਦੋਂ ਆਪਾਂ ਹੁਣ ਸ਼ਹਿਰ 'ਚ ਆ ਜੰਨੇ ਤੇ ਆਪਾਂ ਨੂੰ ਲੈਣਾ ਪੈਂਦਾ ਭ ਕੀ ਦਾ ਦੁੱਧ ਨਾ ਦਿੰਦੇ ਹੋ ਹਨਾ ਤੇ ਅਗਲਾ ਤਾਂ ਕਹਿ ਦਿੰਦਾ ਮੈਂ ਵਧੀਆ ਦਿੰਨਾ ਪਰ ਆਪਾਂ ਨੂੰ ਵਿਸ਼ਵਾਸ ਕਰਕੇ ਲੈਣਾ ਪੈਂਦਾ ਹਨਾ ਇਹ ਨਹੀਂ ਪਤਾ ਹੁਣ ਆਪਾਂ ਨੂੰ ਵੀ ਉਹ ਕਿਵੇਂ ਦਾ ਦੁੱਧ ਦਿੰਦੀ ਹੈ ਕਿਵੇਂ ਦਾ ਨਹੀਂ ਤੇ ਜਿਹੜਾ ਪੱਕੀ ਪੈਣੀ ਪੈਕਟਾਂ ਵਾਲਾ ਦੁੱਧ ਵੀ ਬਹੁਤ ਖਰਾਬ ਹੁੰਦਾ ਉਹ ਚ ਕੈਮੀਕਲ ਮਲਾ ਮਲਾ ਕੇ ਦੁੱਧ ਬਣਾਈ ਜਾਂਦੇ ਹਨਾ ਉਹ ਆਪਣੀ ਸਿਹਤ ਲਈ ਕਿੰਨਾ ਖਰਾਬ ਆ ਆਪਣੇ ਘਰ ਦੇ ਤਾਂ ਕਹਿੰਦੇ ਜੀ ਮਾੜਾ ਮੋਟਾ ਆਪਾਂ ਸੇ ਰਵਾਈ ਜਾਂਦੇ ਕਿਤੇ ਕੰਗਾ ਬੜਕ ਗਿਆ ਹਨ ਆਪ ਕਹਿੰਨੇ ਅੱਜ ਪੱਕਾ ਰਿਸ਼ਤੇਦਾਰ ਆਊਗਾ ਤੇ ਆਪਾਂ ਉਹਦੀ ਦੁੱਧ ਰੱਖ ਲੈਂਦੇ ਆ ਹਨਾ ਕੋਈ ਹੋਰ ਚੀਜ਼ ਰੱਖ ਲੈਣਾ ਵੀ ਰਿਸ਼ਤੇਦਾਰ ਆਊਗਾ ਆ ਚੀਜ਼ ਪਾਈ ਰੱਖਿਓ ਹਨਾ ਆਪਾਂ ਨੂੰ ਕੰਮ ਆਊਗੀ ਤੇ ਉਹ ਚੀਜ਼ਾਂ ਤੋਂ ਮੈਨੂੰ ਤਾਂ ਅੰਦਾਜ਼ੇ ਲਾਉਣੇ ਹੁੰਨੇ ਆ ਤੇ ਹੁਣ ਇਸ਼ਾਰਾਂ ਦੇ ਵਿੱਚ ਤਾਂ ਆਪਾਂ ਨੂੰ ਫਿਰ ਵੀ ਬਹੁਤ ਦਿੱਕਤ ਆਉਂਦੀ ਹੈ ਹਨਾ ਜੇ ਆਪਾਂ ਭਲਾ ਦੋ ਬੰਗਿਆਂ ਦਾ ਰੱਖ ਵੀ ਲਈ ਰਾਸ਼ਨ ਤਾਂ ਵੀ ਆਪਾਂ ਨੂੰ ਜਿਹੜਾ ਹੋਰ ਲੈਣਾ ਹੀ ਪੈਂਦਾ ਬਿਲਕੁਲ ਅਰਚੀ ਫਿਰ ਆਪਾਂ ਨੂੰ ਆ ਹੀ ਹੁੰਦਾ ਨਾ ਵੀ ਜਿਹੜੇ ਜਿਹੜੇ ਰਿਸ਼ਤੇਦਾਰ ਹੋਵੇ ਫਿਰ ਉਹਦੇ ਵੇਖ ਕੇ ਦੁੱਧ ਵਧਾਉਣਾ ਵੀ ਪੈਂਦਾ ਹਨਾ ਉ ਤਾਂ ਆਪਾਂ ਜਿਵੇਂ ਸ਼ਹਿਰ 'ਚ ਵੀ ਲੈਨੇ ਤਾਂ ਆਪਾਂ ਵੱਧ ਹੀ ਲੈਨੇ ਆਪਾਂ ਨੂੰ ਵੀ ਪਤਾ ਹੁੰਦਾ ਵੀ ਆਪਣੇ ਘੜਾ ਘਰੇ ਮਾਝ ਹੈਗੀ ਵੀ ਆਪਾਂ ਟਾਈਮ ਤੇ ਚੋਲਾਗੇ ਹਨਾ ਵੀ ਵੱਧ ਦੁੱਧ ਹੋਊਗਾ ਤਾਂ ਦੂਜੇ ਦਿਨ ਕੰਮ ਆ ਜਾਂਦਾ ਹਨਾ ਪਿੰਡ 'ਚ ਹੁੰਨੇ ਉੱਥੇ ਦੁੱਧ ਦਹੀਂ ਜਾਂ ਮੱਖਣ ਹੁੰਦਾ ਜਿਹੜਾ ਉਹ ਵੀ ਕਰਦਾ ਹੁੰਦਾ ਹਨਾ ਸਾਰੀਆਂ ਚੀਜ਼ਾਂ ਵੀ ਖੁੱਲੀਆਂ ਡੁੱਲੀਆਂ ਬਣ ਜਾਂਦੀਆਂ ਸ਼ਹਿਰ 'ਚ ਆਏ ਗੀਆਂ ਚੀਜ਼ਾਂ ਦੀ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਹਨਾ ਤੇ ਬਾਕੀ ਜਿਹੜਾ ਸ਼ਹਿਰ 'ਚ ਦੁੱਧ ਆਪਾਂ ਲੈਣਾ ਜਾ ਥੋੜਾ ਮਿਲਦਾ ਜਾਂ ਬਾਲਾ ਮਿਲਦਾ ਹਨਾ ਪਰ ਇੰਨਾ ਵੀ ਦੁੱਧ ਵਧੀਆ ਮਿਲਣ ਲੱਗ ਜੀ ਕਿਸੇ ਕਰੋ ਇਹ ਉਹੀ ਗੱਲ ਹੈ ਨਾ ਪੈਣੀ ਜਦੋਂ ਆਪਾਂ ਸ਼ਹਿਰ ਚ ਆਏ ਨੇ ਨਾ ਆਪ ਨੂੰ ਉਹਲਾ ਬਾਲਾ ਰੱਖਿਆ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਹੁਣ ਜਿਹੜੇ ਮੋਸਟਲੀ ਮੇਰੇ ਟੀਚਰ ਸੀਗੇ ਹਨਾ ਤੇ ਉਹ ਨਾ ਸਾਰੇ ਸ਼ਹਿਰ ਤੋਂ ਸੀਗੇ ਉਹਨਾਂ ਨੇ ਕਿਤੇ ਬੱਚਿਆਂ ਤੋਂ ਕੋਈ ਚੀਜ਼ ਮੰਗਾਉਣੀ ਹੈ ਨਾ ਵੀ ਜਾਂ ਸਾਨੂੰ ਵੀ ਪਿੰਡ 'ਚੋਂ ਦੁੱਧ ਮਿਲ ਜੇ ਜਾਂ ਕੋਈ ਕਿਉਂ ਮਿਲ ਜੇ ਦੇ ਸੀ ਕਿਉਂ ਹੈ ਨਾ ਕਿਉਂਕਿ ਸ਼ਹਿਰ ਦੇ ਵਿੱਚ ਜਦੋਂ ਆਪਾਂ ਕਿਤੇ ਦੁਕਾਨਾਂ ਤੋਂ ਲੈ ਜਾਂਦੇ ਨੇ ਨਾ ਉਨਾਂ ਹੀ ਪਿਓਰ ਚੀਜ਼ ਨਹੀਂ ਮਿਲਦੀ ਜਿੰਨੀ ਆਪਾਂ ਨੂੰ ਲੱਗਦਾ ਵੀ ਆਪਾਂ ਪਿੰਡਾਂ 'ਚੋਂ ਲੈ ਸਕਦੇ ਆ ਉਹ ਪਿੰਡ ਵਾਲਾ ਕਿਉਂ ਵੱਖਰਾ ਹੀ ਹੁੰਦਾ ਅਰਚ ਜੀ ਅਸੀਂ ਵੀ ਹੁਣ ਲੈਣੇ ਆ ਖੁਦ ਤੇ ਪਿੰਡ ਤੋਂ ਹੀ ਲੈਣੇ ਆ ਉਹ ਦੁੱਧ ਦਾ ਤੇ ਕਿਹੋਂ ਦਾ ਬਹੁਤ ਫਰਕ ਪੈ ਜਾਂਦਾ ਹਾਂ ਤੇ ਜਦੋਂ ਪਹਿਣੀ ਮਿਲਦਾ ਨਾ ਉਹ ਟੀਚਰ ਵਿਚਾਰੇ ਮਂਗਾਉਂਦੇ ਸੀਗੇ ਹੈ ਨਾ ਤੇ ਉਹਦੇ ਵਿੱਚ ਕਿੰਨਾ ਔਲਾ ਸੀਗਾ ਹੁਣ ਜਿਹੜਾ ਬੱਚਾ ਉਹਨਾਂ ਨੂੰ ਘਿਓ ਲਿਆ ਕੇ ਦਿੰਦਾ ਸੀਗਾ ਹਨਾ ਤੇ ਉਹ ਗਾਂ ਕਿਸੇ ਤੋਂ ਲੈ ਕੇ ਆਉਂਦਾ ਸੀ ਹੁਣ ਜਿੰਨੇ ਰੁਪਏ ਉਹਨੂੰ ਮਿਲਦਾ ਸੀਗਾ ਉਹਦੇ ਤੋਂ ਗਾਂ ਵਧਾ ਕੇ ਹੋਰ ਉਹਨਾਂ ਨੂੰ ਦਿੰਦੇ ਸੀਗੇ ਵੀ ਮਤਲਬ ਉਹ ਚੀਜ਼ ਉਹਨਾਂ ਦਾ ਕਿੰਨਾ ਓਲਾ ਸੀਗਾ ਨਾਲੇ ਕਿੰਨਾ ਉਹਨਾਂ ਨੂੰ ਮਹਿੰਗਾ ਚੀਜ਼ ਉਹ ਮਿਲਦੀ ਸੀਗੀ ਵਿੱਚੋਂ ਵੀ ਖਾਧੀ ਇਮਾਨਦਾਰੀ ਨਾ ਨਹੀਂ ਸੀ ਦੀਂ ਦੇ ਵਿੱਚੋਂ ਨਫਾ ਕੱਢਣ ਲੱਗ ਪਏ ਫਿਰ ਹਾਂ ਦੀਪਨੀ ਜਦੋਂ ਦੇਖੋ ਜਦੋਂ ਆਪਣਾ ਕੋਈ ਵੀ ਰਿਸ਼ਤੇਦਾਰ ਹੋਣ ਸਾਡੇ ਜਿੰਨੇ ਵੀ ਰਿਸ਼ਤੇਦਾਰ ਹਨ ਵੀ ਉੱਥੇ ਛਾਰਾਂ ਦੇ ਵਿੱਚ ਰਹਿੰਦੇ ਆ ਉਹ ਜਦੋਂ ਵੀ ਕਿਤੇ ਪਿੰਡ ਚ ਆਉਂਦੇ ਆ ਨਾ ਤੇ ਉਹਨਾਂ ਨੇ ਹਮੇਸ਼ਾ ਇਹ ਕਹਣਾ ਸਾਨੂੰ ਅੱਜ ਚੂਰੀ ਕੱਟ ਕੇ ਦਿਓ ਤੁਹਾਡੇ ਖੁੱਲਾ ਡੁੱਲਾ ਕਿਉ ਆ ਹਨਾ ਜਾਂ ਸਾਨੂੰ ਅੱਜ ਆਹ ਚੀਜ਼ ਬਣਾ ਕੇ ਦਿਓ ਤੁਹਾਡੇ ਖੁੱਲੀ ਡੁੱਲੀ ਆ ਮਤਲਬ ਉਹ ਉਹਨਾਂ ਨੂੰ ਵੀ ਫੀਲ ਹੁੰਦਾ ਵੀ ਖੁੱਲੀ ਡੁੱਲੀ ਚੀਜ਼ ਖਾਣੇ ਪੀਣੇ ਆ ਹਨਾ ਹੁੰਦਾ ਵੀ ਹੈ ਬਣੀ ਕਿਉਂਕਿ ਆਪਣੇ ਪਸ਼ੂ ਹੁੰਦੇ ਆ ਹਨਾ ਪਸ਼ੂ ਆਪਾਂ ਦੁੱਧ ਚੋਣਦੇ ਆ ਡੇਰੀਆਂ 'ਚ ਵੀ ਪਾ ਦਿੰਦੇ ਆ ਹਨਾ ਕੋਈ ਆਪਣੇ ਆਪਾਂ ਇੱਕ ਦੂਜੇ ਘਰਾਂ ਨੂੰ ਦੇ ਵੀ ਦਿੰਦੇ ਆ ਹੁਣ ਸਭ ਤੋਂ ਵੱਡੀ ਦਿੱਕਤ ਕੀ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ ਹਨਾ ਆਪਣੇ ਗੁਆਂਢ 'ਚ ਕੌਣ ਰਹਿੰਦਾ ਆਪਾਂ ਨੂੰ ਕਈ ਵਾਰ ਤੇ ਇਹ ਵੀ ਨਹੀਂ ਪਤਾ ਹੁੰਦਾ ਜੇ ਮੇਲਾ ਦਾ ਕੋਈ ਗੱਲ ਹੋ ਵੀ ਜਾਵੇ ਨਾ ਆਪਣੇ ਘਰੇ ਹਨਾ ਆਪਣੇ ਗੁਆਂਢੀ ਨੂੰ ਕੰਨੀ ਕੰਨੀ ਖਬਰ ਵੀ ਨਹੀਂ ਹੁੰਦੀ ਹੈਗੀ ਵੀ ਇਹਨਾਂ ਦੇ ਘਰੇ ਕੀ ਹੋਈ ਜਾਂਦਾ ਤੇ ਪਿੰਡ ਦੇ ਵਿੱਚ ਮੈਨਾਂ ਦਾ ਜਿਹਾ ਆਪਣਾ ਚਾਹੀ ਹੁੰਦਾ ਵੀ ਸ਼ਹਿਰ ਤੇ ਜਿਵੇਂ ਆਪਣੇ ਨਾਲ ਦੀ ਨਾਲ ਘਰ ਤਾਂ ਹੁੰਦੇ ਹਨਾ ਵੀ ਪਰ ਆਉਦੇ ਨਹੀਂ ਹੁੰਦੇ ਤੇ ਜਦੋਂ ਪਿੰਡ 'ਚ ਹੁੰਦੇ ਆਪਣੇ ਆਪ ਦੇ ਚਾਚੇ ਤਾਏ ਹੁੰਦੇ ਹਨਾ ਤਾਂ ਉੱਥੇ ਆਪਣੀ ਕੀ ਜਿਹੀ ਕੋਈ ਲੈਣੀ ਤੇ ਲੈਣੀ ਫੜਨੀ ਵੀ ਸੌਖੀ ਹੋ ਜਾਂਦੀ ਹੈ। ਹਾਂ ਹੁਣ ਪਿੰਡ ਦੇ ਵਿੱਚ ਪਹਿਣੇ ਕੋਈ ਆਪਣੇ ਗੱਲ ਹੋ ਜੇ ਹਨਾ ਆਪਣੇ ਆਂਡੀ ਗਵਾਂਡੀ ਸੌ ਘਰ ਆਪਣਾ ਇਕੱਠਾ ਹੋ ਕੇ ਆ ਜਾਂਦਾ ਵੀ ਹਾਂ ਭਾਈ ਦੱਸੋ ਕੀ ਗੱਲ ਹੋ ਗਈ ਹਨਾ ਕਿੰਨਾ ਦੁੱਖ ਸੁੱਖ ਦੇ ਵਿੱਚ ਉਹ ਖੜਦੇ ਆ ਹਾਂ ਸ਼ਹਿਰ ਵਾਲੇ ਵੀ ਖੜਦੇ ਹੋਣਗੇ ਪਰ ਆਪਾਂ ਮੈਨਾਂ ਮੈਨੂੰ ਲੱਗਦਾ ਵੀ ਆਪਾਂ ਬਹੁਤਿਆਂ ਘਰਾਂ ਨੂੰ ਆਪਾਂ ਜਾਣਦੇ ਹੋਵਾਂਗੇ ਕਿਉਂਕਿ ਆ ਉਹ ਬਹੁਤ ਕੋਈ ਕਿਤੋਂ ਦਾ ਹੁੰਦਾ ਕੋਈ ਕਿਤੋਂ ਦਾ ਹੁੰਦਾ ਨਾ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਉਹ ਚੀਜ਼ ਬਾਰੇ ਹੁਣ ਪਿੰਡ ਦੇ ਵਿੱਚ ਆਪਣੇ ਘਰਾਂ 'ਚ ਕੀ ਹੁੰਦਾ ਕੋਈ ਚੀਜ਼ ਮੁੱਕ ਜੇ ਆਪਾਂ ਕਹਿ ਦਿੰਨੇ ਆ ਉਹ ਆਂਟੀ ਦੇ ਘਰੋਂ ਆਹ ਚੀਜ਼ ਫੜ ਲਿਓ ਆਪਾਂ ਧਾਰੀ ਲਿਓਨੇ ਆ ਹਨਾ ਜੇ ਫਿਰ ਉਹਨਾਂ ਨੂੰ ਮੋੜ ਦਾਂਗੇ ਤਾਂ ਇਹ ਜਿਹੜਾ ਉੱਥੇ ਭਾਈਚਾਰਾ ਹੈਗਾ ਨਾ ਬਹੁਤ ਜ਼ਿਆਦਾ ਕਾਇਮ ਆ ਹੁਣ ਮੈਨੂੰ ਲੱਗਦਾ ਵੀ ਉਹ ਚੀਜ਼ ਹੁਣ ਹੌਲੀ ਹੌਲੀ ਛੁੱਟਦੀ ਜਾਂਦੀ ਹੈ ਕਿਉਂਕਿ ਆਪਾਂ ਉਧਾਰ ਕਿਸੇ ਦਾ ਮੋੜ ਨੂੰ ਹੀ ਹਟ ਗਏ ਉਦਾਰਾ ਆਪਾਂ ਫੜ ਲਿਓਨੇ ਆਪਾਂ ਮੋੜਨੋਂ ਹਟ ਗਿਓ ਉਸ ਚੀਜ਼ ਦੀ ਬਿਲਕੁਲ ਅਰਚ ਜਿਵੇਂ ਆਪਾਂ ਨਿੱਕੇ ਹੁੰਦੇ ਸੀ ਤਾਂ ਉਹਦੇ ਵੇਖੋ ਆਪਣੇ ਚਾਚੇ ਤਾਇਕੇ ਹੁੰਦੇ ਹਨਾ ਕਈ ਵਾਰ ਆਪਾਂ ਕੋਈ ਖੰਡ ਦੀ ਕੌਲੀ ਫੜ ਕੇ ਲਿਆਉਣੀ ਜਾਂ ਕਈ ਵਾਰ ਆਟਾ ਨਾ ਹੋਣਾ ਤਾਂ ਉਹ ਉਹਨਾਂ ਦੇ ਫੜ ਕੇ ਲਿਆਉਣਾ ਹਨਾ ਤੇ ਫਿਰ ਬਾਅਦ ਚ ਵਾਪਸ ਕਰਕੇ ਆਉਣਾ ਹੁੰਦਾ ਤੇ ਉਦੋਂ ਆ ਹੀ ਹੁੰਦਾ ਸੀ ਵੀ ਆਪਦੇ ਘਰ ਹੈਗੇ ਜੇ ਕੋਈ ਚੀਜ਼ ਦੀ ਨਾਲ ਲੋੜ ਪਊਗੀ ਤਾਂ ਆਪਾਂ ਵੀ ਲੈ ਵੀ ਆਵਾਂਗੇ ਹਨਾ ਤੇ ਅੱਜ ਕੱਲ ਤੇ ਟਾਈਮ ਵੀ ਇਹ ਜਾ ਗਿਆ ਅਗਲਾ ਕਹਿੰਦੇ ਜੇ ਮੌਕਾ ਇਹਦੀ ਵੀ ਸਾਡੇ ਆ ਚੀਜ਼ ਹੈ ਨਹੀਂ ਖਤਮ ਹੋ ਗਈ ਅਗਲਾ ਕਹਿੰਦੇ ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਹਨਾ ਇਹ ਲਿਆ ਕੇ ਨਹੀਂ ਉਹੀ ਨਾ ਕਰ ਦਿੰਦਾ ਵੀ ਇਹਨਾਂ ਨੇ ਕਿਹੜਾ ਮੋੜ ਨਹੀਂ ਹੈ ਹਨਾ ਵੀ ਇਦਨੋਂ ਤਾਂ ਨਹੀਂ ਦਿਓ ਹਨਾ ਉਹ ਚੀਜ਼ ਮੈਨੂੰ ਲੱਗਦਾ ਵੀ ਹੁਣ ਹੌਲੀ ਹੌਲੀ ਇਹ ਚੀਜ਼ਾਂ ਵੱਧਦੀਆਂ ਜਾਂਦੀਆਂ ਇੱਕ ਭਰੋਸਾ ਮੈਨੂੰ ਲੱਗਦਾ ਖਤਮ ਹੋ ਗਿਆ ਹਨਾ ਆਪਣਾ ਇੱਕ ਦੂਜੇ ਤੇ ਪਹਿਲਾਂ ਭਰੋਸੇ ਹੁੰਦੇ ਸੀਗੇ ਆਪਾਂ ਜ਼ੁਬਾਨ ਦੇ ਦਿੰਦੇ ਸੀ ਬੰਦੇ ਨੂੰ ਤਾਂ ਆਪਾਂ ਉਹਦੇ ਤੋਂ ਪਾਸੇ ਨਹੀਂ ਹਟਦੇ ਸੀਗੇ ਹੁਣ ਮੈਨੂੰ ਲੱਗਦਾ ਆਪਾਂ ਪੈਰ ਪੈਰ ਤੇ ਬਦਲ ਜੰਨੇ ਆ ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਖਤਮ ਹੁੰਦੀਆਂ ਜਾਂਦੀਆਂ ਬੇਖਾਰਚ ਉਹਨਾਂ ਇੱਕ ਦੋ ਤਿੰਨ ਸਾਲਾਂ ਦਾ ਰਵਾਜ ਹੈ ਚ ਲੈ ਕੇ ਕਹਿੰਦੇ ਮੱਕੀ ਦਾ ਚਾਰ ਪਾਉਂਦੇ ਆ ਹਨਾ ਵੀ ਪਸ਼ੂਆਂ ਵਾਸਤੇ ਤੇ ਇਹ ਜਦੋਂ ਪਾਉਂਦੇ ਨੇ ਤੇ ਉਦੋਂ ਪਿੰਡ ਵਾਲੀਆਂ ਬੀਬੀਆਂ ਨੂੰ ਵੀ ਪਤਾ ਵੀ ਕਿੰਨੀ ਉਹਨਾਂ ਨੂੰ ਔਖਾ ਹੋਣਾ ਪੈਂਦਾ ਹਨਾ ਵੀ ਇਹਨਾਂ ਦਿਨਾਂ 'ਚ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਇੱਕ ਜਦੋਂ ਫਿਰ ਮੱਕੀ ਵੱਢਦੇ ਆ ਜਾਂ ਕੱਟਦੇ ਆ ਹਨਾ ਤੇ ਉਦੋਂ ਦਿਹਾੜੀਏ ਵੀ ਬਹੁਤ ਹੁੰਦੇ ਬਹੁਤ ਜ਼ਿਆਦਾ ਜ਼ਿਆਦਾ ਫੁਲਕੇ ਪਕਾਉਣੇ ਪੈਂਦੇ ਆ ਹਨਾ ਵੀ ਇਹਨਾਂ ਦਿਨਾਂ 'ਚ ਤਾਂ ਪਤਾ ਆਪਾਂ ਨੂੰ ਆਪਦੇ ਫੁਲਕੇ ਵੀ ਗਰਮੀ 'ਚ ਬਹੁਤ ਔਖੇ ਪਕਾਉਣੇ ਆ ਤੇ ਫਿਰ ਇਹ ਪਿੰਡ ਵਾਲੀਆਂ ਬੀਬੀਆਂ ਦਾ ਵਿਚਾਰੀਆਂ ਦਾ ਥੋੜਾ ਥੋੜਾ ਨਾ ਤੋ ਕਹਿੰਦੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂ ਮੱਕੀ ਗਿੱਲੀ ਹੋ ਜਾਂਦੀ ਹੈ ਜੀ ਵੀ ਗਿੱਲੀ ਹੋ ਜਾਂਦੀ ਤੇ ਥੋੜੇ ਥੋੜੇ ਨਾਲ ਟਾਈਮ ਵੱਧ ਲੱਗ ਜਾਂਦਾ ਹੁੰਦਾ ਹਨ ਤੇ ਐਸੇ ਕਰਕੇ ਬੀਬੀਆਂ ਦੇ ਉਹਨਾਂ ਦਾ ਜੇਰਾ ਵੀ ਬਹੁਤ ਹੁੰਦਾ ਉਹ ਫਿਰ ਘਰੋਂਦੀਆਂ ਵੀ ਨਹੀਂ ਜਿਨ੍ਹਾਂ ਨੂੰ ਜਿਵੇਂ ਕਈ ਵਾਰ ਨਾ ਸਬਰ ਹੁੰਦਾ ਉਹਨਾਂ ਵਿੱਚ ਕਈ ਵਾਰ ਉਹ ਸੁਬਾ ਦਾ ਕੰਮ ਹਜੇ ਕਰਕੇ ਹਟਦੀਆਂ ਹੁੰਦੀਆਂ ਹਨ ਤੇ ਉਦੋਂ ਫਿਰ ਟੈਲੀਫੋਨ ਆ ਜਾਂਦਾ ਖੇਤੋਂ ਵੀ ਜਾਂ ਇੰਨੇ ਬੰਦਿਆਂ ਦੀ ਤੁਸੀਂ ਚਾਹ ਕਰਦੋ ਹਨਾ ਜਾਂ ਵੀ ਇੰਨੇ ਬੰਦਿਆਂ ਦੀ ਫੁਲਕਾ ਘਟ ਗਿਆ ਵੀ ਇਹ ਪਕਾ ਕੇ ਦੇ ਦਿਓ ਤੇ ਅਸੀਂ ਉਹਨੇ ਵੀ ਫੜ ਕੇ ਲੈ ਜਾਵਾਂਗੇ ਉਹ ਉਹਨਾਂ ਦੇ ਵਿੱਚ ਥੋੜਿਆ ਜੀ ਗੱਲ ਵੀ ਸਬਰ ਵੀ ਹੁੰਦਾ ਉਸੇ ਟਾਈਮ ਹੀ ਫਿਰ ਉਹ ਉਸੇ ਕੰਮ ਨੂੰ ਲੱਗ ਜਾਂਦੀਆਂ ਕਰਨ ਜੀ ਪਿੰਡ ਵਾਲੀਆਂ ਬੀਬੀਆਂ ਡਰਦੀਆਂ ਸ਼ਹਿਰ ਦੇ ਵਿੱਚ ਆਪਾਂ ਕਿਸੇ ਜੀ ਨੂੰ ਜਵਾਬ ਵੀ ਦੇ ਦਈਏ ਹਨਾ ਤਾਂ ਪਤਾ ਨਹੀਂ ਮੈਨੇ ਇਹ ਮਾਹੌਲ ਬਹੁਤ ਦੇਖਦੀ ਹਿੰਦੀ ਆ ਨਾ ਵੀ ਸ਼ਹਿਰ ਵਾਲੇ ਜਿਹੜੇ ਹੁੰਦੇ ਆ ਉਹ ਇੱਕ ਦੂਜੇ ਨੂੰ ਐ ਤਾਨੇ ਮੇਨੇ ਜੇ ਨਹੀਂ ਮਾਰਦੇ ਹੈਗੇ ਨਾ ਵੀ ਤੂੰ ਆ ਨਹੀਂ ਕੀਤਾ ਤੂੰ ਉਹ ਨਹੀਂ ਕੀਤਾ ਪਿੰਡਾਂ ਦੇ ਵਿੱਚ ਇਹ ਚੀਜ਼ ਬਹੁਤ ਹੁੰਦੀ ਹੈ ਜੇ ਹਨਾ ਕਿਤੇ ਅੱਜ ਕੋਈ ਕੰਮ ਨਹੀਂ ਹੋਇਆ ਤੇ ਅਨਸਾਰ ਉਹਨਾਂ ਨੇ ਦੇਖ ਲਿਆ ਵੀ ਆਹ ਕੰਮ ਨਹੀਂ ਹੋਇਆ ਉਹਨਾਂ ਨੇ ਉਹਦੀ ਕਹਿ ਦੇਣਾ ਅੱਜ ਕਿਉਂ ਤੁਸੀਂ ਘਰੇ ਵਿਹਲੇ ਸੀ ਆਹ ਕੰਮ ਨਹੀਂ ਹੋਇਆ ਹਨਾ ਤੋ ਵਿਚਾਰੀਆਂ ਚ ਡਰ ਵੀ ਬਹੁਤ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਹੁਣ ਪਿੰਡਾਂ ਦੇ ਵਿੱਚ ਪਹਿਣੀ ਆਪਣੇ ਨਾ ਚੁੱਲ੍ਹੇ ਚੌਂਕੇ ਬਣੇ ਹੁੰਦੇ ਆ ਹਨਾ ਬਾਲਣ ਹੁੰਦਾ ਆਪਣੇ ਕੋਲੇ ਘਰੇ ਆਮੀ ਉੱਥੇ ਆਪਾਂ ਕੀ ਆ ਕੋਈ ਵੀ ਕੰਮ ਹੋਵੇ ਆਪਾਂ ਚੁੱਲੇ ਚੌਂਕੇ ਦੇ ਕਰ ਲੈਨੇ ਆ ਜਦੋਂ ਆਪਾਂ ਮਿਲਣਾ ਦੇ ਸ਼ਹਿਰਾਂ ਦੇ ਵਿੱਚ ਆ ਜਾਈਏ ਤੇ ਉੱਥੇ ਆਪਾਂ ਚੁੱਲੇ ਚੌਂਕੇ ਨਹੀਂ ਬਣਾ ਸਕਦੇ ਕਿਉਂਕਿ ਆਪਣੇ ਕੋਲ ਬਾਲਣ ਦੀ ਬਹੁਤ ਘਾਟ ਹੁੰਦੀ ਆ ਤੇ ਉਥੇ ਮੇਰਾ ਹੁੰਦੇ ਆ ਰਚ ਇੱਕ ਵੇਖੋ ਤੁਸੀਂ ਜਿਵੇਂ ਕਹਿ ਆ ਵੀ ਇੱਕ ਕੋਠੀਆਂ ਹੁੰਦੀਆਂ ਫਿਰ ਉੱਥੇ ਚੁੱਲੇ ਚੌਂਕਾ ਬਣਾਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਥੋੜੀ ਜਿਹੀ ਹੈ ਨਾ ਜੇ ਆਪਾਂ ਬਣਾ ਵੀ ਲੈਨੇ ਫਿਰ ਆਪਾਂ ਨੂੰ ਆ ਇਹ ਹੁੰਦਾ ਵੀ ਜਿਹੜਾ ਧੂਆ ਸਾਡੇ ਅੰਦਰ ਆ ਕੇ ਤੇ ਖਰਾਬ ਹੋ ਜੂਗਾ ਫਿਰ ਹਾਂ ਤੇ ਉਹ ਪੈਣੀ ਉੱਥੇ ਦੇਖੋ ਆਪਾਂ ਨੂੰ ਸਿਲੰਡਰਾਂ ਦੇ ਕੰਮ ਕਰਨਾ ਪੈਂਦਾ ਕਿੰਨਾ ਖਰਚ ਆਪਾਂ ਆ ਉਹ ਚੀਜ਼ ਤੁਸੀਂ ਦੇਖੋ ਆਪਾਂ ਥਾਂ ਲਈ ਕਿੰਨਾ ਮਹਿੰਗਾ ਹਨਾ ਫਿਰ ਆਪਾਂ ਹਰ ਇੱਕ ਚੀਜ਼ ਹਰ ਇੱਕ ਚੀਜ਼ ਦਾ ਬਿੱਲ ਆਪਣੇ ਕੋਲ ਆਉਂਦਾ ਤੁਸੀਂ ਦੇਖੋ ਆਪਾਂ ਪਿੰਡ ਦੇ ਵਿੱਚ ਇੱਕ ਟਾਈਮ ਆਪਾਂ ਬਿਨਾ ਪੱਖੇ ਤੋਂ ਵੀ ਰਹਿ ਲੈਂਦੇ ਕਿਉਂਕਿ ਆਪਾਂ ਕਿਸੇ ਦਰਖਤ ਥੱਲੇ ਬੈਹਣਨੇ ਆ ਕਿ ਤੇ ਆਂਡ ਗਵਾਂਡਾ ਆਪਾਂ ਉਂਗੇੜਾ ਕੱਢਿਆ ਹੁੰਨੇ ਆ ਹਨਾ ਸ਼ਹਿਰਾਂ ਦੇ ਵਿੱਚ ਆਪਾਂ ਇੱਕ ਕਮਰੇ 'ਚ ਬਹਿਣਾ ਇੱਕ ਕਮਰੇ 'ਚ ਆਪਾਂ ਕਹਿ ਦਿੰਨੇ ਆ ਪੱਖਾ ਵੀ ਨਹੀਂ ਸਾਡੇ ਏਸੀ ਲੱਗਿਆ ਹੋਵੇ ਕਿੰਨਾ ਖਰਚਾ ਉਸ ਚੀਜ਼ ਦਾ ਵੱਧਾ ਫਿਰ ਆਪਾਂ ਪਾਣੀ ਜਿਹੜਾ ਪੱਕਾ ਘਰ ਸਾਰਾ ਪੱਕਾ ਘਰ ਹੁੰਦਾ ਫਿਰ ਆਪਾਂ ਸਾਰੇ ਨੂੰ ਧੋਣਨੇ ਆ ਤਾਂ ਕਿੰਨਾ ਪਾਣੀ ਵੇਸਟ ਕਰਦੇ ਬਿਜਲੀ ਵੀ ਜਾਂਦੀ ਆ ਤੇ ਪਾਣੀ ਵੀ ਵੇਸਟ ਹੁੰਦਾ ਹਨਾ ਤਾਂ ਕਿੰਨੀਆਂ ਚੀਜ਼ਾਂ ਮੈਨ ਲੱਗਦਾ ਜਿਨ੍ਹਾਂ ਦੇ ਆਪਾਂ ਆਪ ਹੀ ਖਰਚੇ ਵਧਾ ਲੈਂਦੇ ਆ ਬੇਖੋ ਅੱਜ ਜਿਵੇਂ ਤੁਸੀਂ ਕਹਿਆ ਸੀ ਪਿੰਡ 'ਚ ਜਿਹੜੀਆਂ ਬੀਬੀਆਂ ਹੁੰਦੀਆਂ ਵੀ ਕਈ ਵਾਰ ਆਪਾਸ ਗਮਾਂਡ ਵੀ ਜਾਇਆ ਹੁੰਦੇ ਹੁੰਦੇ ਹਨਾ ਵੀ ਆਪਾਂ ਨੂੰ ਐ ਹੁੰਦਾ ਵੀ ਉੱਧਰ ਜਾਏਗੇ ਤੇ ਤੁਸੀਂ ਕਈ ਵਾਰ ਵੇਖਿਆ ਤੁਸੀਂ ਜਿਵੇਂ ਪਿੰਡ 'ਚ ਹੁੰਦੇ ਨੇ ਜਿਹੜੀਆਂ ਸੱਥਾਂ ਹੁੰਦੀਆਂ ਸੱਥਾਂ ਦੇ ਵਿੱਚ ਬੰਦੇ ਆਮ ਹੀ ਤਾਸ ਖੇਢੀ ਜਾਂਦੇ ਹੁੰਦੇ ਆ ਹਨਾ ਵੀ ਤਾਸ ਖੇੜਦੇ ਬੰਦੇ ਆਪਾਂ ਨੂੰ ਮਿਲਦੇ ਮਿਲਦੇ ਆ ਵੀ ਕਦੇ ਵਾਸਤੇ ਨਹੀਂ ਆਈ ਹੁੰਦਾ ਵੀ ਨਹੀਂ ਹੁੰਦੇ ਪਿੰਡ 'ਚ ਜਿਹੜੇ ਬੰਦੇ ਹੁੰਦੇ ਮੈਨੂੰ ਲੱਗਦਾ ਜ਼ਿਆਦਾਤਰ ਵਿਹਲੇ ਹੁੰਦੇ ਉਹ ਸੱਥਾਂ 'ਚ ਬੈਠੇ ਰਹਿੰਦੇ ਹਨਾ ਤੇ ਸ਼ਹਿਰ 'ਚ ਕਦੇ ਆਪਾਂ ਬੰਦਾ ਬੈਠਾ ਨਹੀਂ ਵੇਖਿਆ ਹਨਾ ਵੀ ਬੰਦਾ ਹਰ ਇੱਕ ਬੰਦਾ ਤਾਂ ਵੈਲੀਆਂ ਸ਼ਹਿਰ 'ਚ ਮਿਲ ਜਾਂਦੀਆਂ ਹਨਾ ਵੀ ਆਪਾਂ ਐਸ ਮੱਲੇ ਜਾਂਦੇ ਆ ਤਾਂ ਉੱਥੇ ਵੀ ਕਈ ਔਰਤਾਂ ਇਕੱਠੀਆਂ ਹੋਊਗਾ ਤੇ ਉਹ ਬੈਠਿਆਂ ਜਾਂ ਉਹ ਗਲੀ ਜਾਂਦੇ ਤਾਂ ਉੱਥੇ ਵੀ ਬੈਠੀਆਂ ਹੁੰਦੀਆਂ ਹਨਾ ਤੇ ਇੱਥੇ ਮੈਨੂੰ ਲੱਗਦਾ ਬੰਦਾ ਜ਼ਿਆਦਾ ਵੀ ਕੰਮ ਕਰਦਾ ਤੇ ਔਰਤਾਂ ਇੰਨਾ ਨਹੀਂ ਕਰਦੀ ਹਨਾ ਤੇ ਪਿੰਡ 'ਚ ਜਿਹੜੀਆਂ ਹੁੰਦੀਆਂ ਔਰਤਾਂ ਉਹ ਔਰਤਾਂ ਜ਼ਿਆਦਾ ਕੰਮ ਕਰਦੀਆਂ ਉੱਥੇ ਬੰਦੇ ਮਿਲ ਜਾਂਦੇ ਵੇਖਣ ਨੂੰ ਪਿੰਡ ਦੀ ਤਾਂ ਨਾ ਮੈਨੂੰ ਲੱਗਦਾ ਮਾਹੌਲ ਬਹੁਤ ਜਿਵੇਂ ਤੁਸੀਂ ਕਿਹਾ ਹਨਾ ਵੀ ਸਾਥ 'ਚ ਬੰਦੇ ਬੈਠੇ ਹੁੰਦੇ ਆ ਤਾਂ ਉਹਨਾਂ ਉਹਨਾਂ ਦੇ ਨਾ ਇੱਕ ਜਿਹੜਾ ਖੁੱਲਾ ਡੁੱਲਾ ਮਾਹੌਲ ਹੁੰਦਾਗਾ ਹੁਣ ਤੁਸੀਂ ਦੇਖੋ ਪਿੰਡ ਵਾਲਿਆਂ ਦੁੱਧ ਜਦੋਂ ਦੇ ਕੇ ਆਂਦਾ ਤਾਂ ਕਿਸੇ ਘਰੇ ਕੋਈ ਵਿਆਹ ਰੱਖਿਆ ਨਾ ਤਾਂ ਉਸ ਘਰੇ ਉਹ ਕੀ ਠੋਕੇ ਪੈਸੇ ਲੈ ਕੇ ਜਾਊਗਾ ਜਿਹੜੇ ਘਰੇ ਉਹਨੂੰ ਪਤਾ ਵੀ ਕਿਸੇ ਘਰੇ ਗਮੀ ਆ ਹਨਾ ਕਿਸੇ ਦੀ ਡੈਥ ਹੋ ਗਈ ਤਾਂ ਉਸ ਘਰੇ ਉਹ ਫ੍ਰੀ ਦੁੱਧ ਦੇ ਕੇ ਆਂਦਾ ਉਹ ਜਿੰਨਾ ਵੀ ਉਹਦੇ ਕੋਲ ਦੁੱਧ ਹੁੰਦਾ ਹਨਾ ਤੋ ਸਾਰਾ ਦੁੱਧ ਹੀ ਉਹਨਾਂ ਦੇ ਘਰੇ ਫੜਾਇਆ ਜਾਂਦਾ ਵੀ ਤੁਸੀਂ ਫ੍ਰੀਜ 'ਚ ਵੀ ਰੱਖੋ ਹਨਾ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸ਼ਹਿਰ ਦੇ ਵਿੱਚ ਆਪਾਂ ਦੁੱਧ ਕਿੰਨਾ ਕੁ ਮੁੱਲ ਲਿਆਵਾਂਗੇ ਕਿਤੇ ਹਨਾ ਜਾਂ ਕਿੰਨਾ ਕੁ ਕੋਈ ਦੇ ਜੂਗਾ ਆਪਾਂ ਨੂੰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਕੋਈ ਗਮੀ ਹੋਵੇ ਕੋਈ ਸ਼ਾਦੀ ਹੋਵੇ ਤਾਂ ਆਪਣੇ ਪਿੰਡ ਦੇ ਵਿੱਚ ਦੁੱਧ ਬਹੁਤ ਇਕੱਠਾ ਹੋ ਜਾਂਦਾ ਆਪਾਂ ਨੂੰ ਮੁੱਲ ਲਿਆਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਇੰਨਾ ਜ਼ਿਆਦਾ ਹੋ ਜਾਂਦਾ ਆਪਣੇ ਪਿੰਡਾਂ ਦੇ ਵਿੱਚ ਤਾਂ ਖੋਆ ਕਾੜਨ ਲੱਗ ਜਾਂਦੇ ਆ ਹਨਾ ਜਦੋਂ ਪ੍ਰੋਗਰਾਮ ਖਤਮ ਹੋ ਜਾਂਦਾ ਜੀ ਦੁੱਧ ਜ਼ਿਆਦਾ ਹੋ ਜੇ ਤਾਂ ਤੇ ਇਹ ਚੀਜ਼ ਆ ਸ਼ਹਿਰ ਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਹੀ ਮੋਲ ਲੈਣੀ ਪੈਂਦੀ ਆ ਤਾਂ ਉਹ ਦੁੱਦੀ ਨੇ ਜਿਹੜਾ ਉਹ ਪਿੰਡ ਦਾ ਤੇ ਉਹਦੀ ਇਮਾਨਦਾਰੀ ਵੇਖੋ ਤੁਸੀਂ ਹਨਾ ਉਹਦਾ ਦਿਲ ਕਿੱਡਾ ਵੱਡਾ ਵੀ ਉਹ ਬੰਦਾ ਜਿਹੜਾ ਫ੍ਰੀ 'ਚ ਸਾਰਾ ਕੁਝ ਫੜਾ ਜਾਂਦਾ ਵੀ ਤੁਸੀਂ ਦੁੱਧ ਫ੍ਰੀ ਰੱਖ ਲਓ ਤੇ ਜੇ ਕਿਤੇ ਵਿਆਹ ਸ਼ਾਦੀ ਹੋਵੇ ਉੱਥੇ ਫਿਰ ਉਹ ਕਹਿਣਦਾ ਵੀ ਨਹੀਂ ਅੱਜ ਤਾਂ ਮੈਂ ਪੈਸੇ ਪੂਰੇ ਲੈ ਕੇ ਜਾਊਂਗਾ ਹਨਾ ਤੇ ਫਿਰ ਉਹ ਸਾਰਾ ਸਾਰਾ ਦਿਨ ਉਹਨਾਂ ਦੇ ਘਰੇ ਜਿਹੜਾ ਵੀ ਲੈ ਕੇ ਵੀ ਚੀਜ਼ਾਂ ਜਾਂਦਾ ਕੁਈ ਖਾਣ ਪੀਣ ਹੋ ਗਿਆ ਹਨਾ ਤੇ ਬਹਿ ਕੇ ਖਾਂਦਾ ਪੀਂਦਾ ਤੇ ਤੁਸੀਂ ਇਹ ਮੈਨੂੰ ਲਾਦਣਾ ਵੀ ਪਿੰਡਾਂ ਦੀ ਖਾਸियत ਹੀ ਹੁੰਦੀ ਹੈ ਇੱਕ ਭਾਈਚਾਰਕ ਸਾਂਝ ਹੁੰਦੀ ਹੈ ਨਾ ਜਿੰਨਾ ਮੈਨ ਲੱਗਾ ਕਿਸੇ ਨਾਲ ਵਰਤਦੇ ਆ ਉਹਦੇ ਨਾਲ ਪੂਰੇ ਮਤਲਬ ਮਨੋਂ ਤੋਂ ਨਹੀਂ ਵਰਤਦੇ ਆ ਤੇ ਇਹ ਚੀਜ਼ਾਂ ਸ਼ਹਿਰ ਦੇ ਵਿੱਚ ਬਹੁਤ ਘੱਟਾ ਹੁਣ ਆਪਾਂ ਆਂਡ ਗੁਆਡ ਨੂੰ ਵੀ ਨਹੀਂ ਜਾਣਦੇ ਹਨਾ ਫਿਰ ਵਿਆਹ ਸ਼ਾਦੀ ਉਹਨਾਂ ਦੇ ਘਰੇ ਕੋਈ ਚੀਜ਼ ਪਹੁੰਚਾਉਣੀ ਤਾਂ ਫਿਰ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਵੇਖੋ ਅਰਚਾ ਆਪਾਂ ਸ਼ਹਿਰ ਚੋਂ ਤਾਂ ਕਿਸੇ ਨੂੰ ਜਾਣ ਪਛਾਣ ਤਾਂ ਆਪਣੀ ਨਹੀਂ ਹੁੰਦੀ ਹਨਾ ਵਿਆਸਗਮਾੜਨ ਪਰ ਜੇ ਆਪਾਂ ਆਸਗਮਾੜਨ ਇੱਥੇ ਵੀ ਬਣਾ ਕੇ ਰੱਖੀਏ ਤੇ ਫਿਰ ਤਾਂ ਬਹੁਤ ਵਧੀਆ ਭਾਈ ਜਰਾ ਇੱਥੇ ਵੀ ਬਣ ਜਾਂਦਾ ਹਨਾ ਵੀ ਆਪਾਂ ਐ ਜੇ ਸੋਚੀ ਜਾਏ ਕਿ ਵੀ ਇਹ ਘੜ ਸਾਡੇ ਚਾਚੇ ਤਾਏ ਹੈਗੇ ਵੀ ਜਾਂ ਸੀ ਇਹਨਾਂ ਨਾਲ ਵਰਤਣਾ ਨਹੀਂ ਜਾਂ ਸੀ ਇਹਨਾਂ ਤੇ ਜਾਣਾ ਉਹਨਾਂ ਨਹੀਂ ਹਨਾ ਫਿਰ ਤਾਂ ਆਪਣੇ ਚ ਦੂਰੀ ਪੈਂਦੀ ਪੈਂਦੀ ਪੈ ਜਾਂਦੀ ਹੈ ਹਨਾ ਜੇ ਆਪਾਂ ਸੋਚ ਲਈ ਵੀ ਇਹ ਹੀ ਹੁਣ ਸਾਡਾ ਆਸਗਮਾੜਾ ਇਹਨਾਂ ਨਾਲ ਹੀ ਅਸੀਂ ਵਰਤਣਾ ਇਹਨਾਂ ਨਾਲ ਹੀ ਸਭ ਕੁਝ ਕਰਨਾ ਹਨਾ ਤੇ ਫਿਰ ਸਭ ਕੁਝ ਮਨ ਨੇੜੇ ਵੀ ਹੋ ਜਾਂਦੇ ਤੇ ਫਿਰ ਅਗਲਾ ਵੀ ਅੱਗੋਂ ਖੁੱਲ ਕੇ ਉਵੇਂ ਵਰਤਣ ਲੱ ਪਾਣੀ ਦੀ ਕਿੰਨੀ ਕਮੀ ਆਉਂਦੀ ਆ ਹੁਣ ਆਪਾਂ ਉਹ ਪਿੰਡਾਂ ਦੇ ਵਿੱਚ ਆ ਆਪਾਂ ਬੋਰ ਕਰ ਲੰਨੇ ਆ ਹਨਾ ਨਲਕਾ ਲਾ ਲੰਨੇ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਵੀ ਕੱਸੀ ਦਾ ਪਾਣੀ ਆਪਾਂ ਉਹੀ ਪਿੰਡਾਂ ਦੇ ਵਿੱਚ ਆਪਾਂ ਪੀਂਨੇ ਆ ਸ਼ਹਿਰਾਂ ਦੇ ਵਿੱਚ ਇਸ ਚੀਜ਼ ਦੀ ਮੈਨਲਾ ਦਾ ਬਹੁਤ ਦਿੱਕਤ ਆਉਂਦੀ ਹੈਗੀ ਅਸੀਂ ਕੱਲੀ ਗੱਲ ਕਰੀ ਜਾਂਦੇ ਸੀ ਹਨਾ ਤੇ ਨਾ ਉਹ ਜਿਹੜਾ ਆਰੋ ਦਾ ਪਾਣੀ ਬਦਲਿਆ ਵਿਆ ਤੇ ਉਹ ਮਤਲਬ ਹੋਰ ਹੀ ਟਾਈਪ ਦਾ ਉਹਦੇ ਚੋ ਮਤਲਬ ਟੇਸਟ ਆਉਂਦਾ ਸੀਗਾ ਤੇ ਜਦੋਂ ਅਸੀਂ ਵੀ ਦੇਖਿਆ ਹਨਾ ਤਾਂ ਉਹ ਆਂਦੇ ਨਾ ਵੀ ਬੋਰ ਹੈ ਜਿਹੜੇ ਇੱਥੇ ਵੀ ਸੀਵਰੇਜ ਵੀ ਨਾਲ ਪਾਈਪਾਂ ਜਾਂਦੀ ਹੈ ਤੇ ਨਾਲ ਹੀ ਮਤਲਬ ਉਹਨਾਂ ਦੀ ਵਾਟਰ ਵਕਸ ਵਾਲੀਆਂ ਪਾਈਪਾਂ ਜਾਂਦੀਆਂ ਤਾਂ ਉਹ ਚੀਜ਼ਾਂ ਵੀ ਕਿਤੇ ਬਾਏ ਚਾਂਸ ਕੋਈ ਪਾਈਪ ਵਗੈਰਾ ਟੋਟੇਂਦੀ ਤਾਂ ਪਾਣੀ ਉਹ ਵੀ ਮਿਕਸ ਅਪ ਹੋ ਜਾਂਦਾ ਜਾਂ ਹਨਾ ਵੀ ਉਹ ਪਾਣੀ ਜਿਹੜਾ ਸੀਵਰੇਜ ਵਾਲੇ ਚੱਕੀ ਜਾਂਦੇ ਆ ਤੁਸੀਂ ਦੇਖੋ ਉੱਚੀ ਚੀਜ਼ ਕਿੰਡੀ ਖਰਾਬ ਹੈਗੀ ਹੈ ਹਨਾ ਆਪਣੇ ਪੀਣ ਯੋਗ ਪਾਣੀ ਹੈ ਨਹੀਂਗਾ ਚਾਹੇ ਆਪਾਂ ਕਿੰਨਾ ਹੀ ਫਿਲਟਰ ਕਰ ਕਰਕੇ ਪੀਂਨੇ ਆ ਕਿੱਥੇ ਉਹੀ ਚੀਜ਼ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਤਾਂ ਸੀਵਰੇਜ ਦੂਰ ਦੂਰ ਤੱਕ ਵੀ ਨਹੀਂ ਹੁੰਦੇ ਹਨਾ ਤੇ ਵੀ ਆਪਾਂ ਬੋਰ ਕਰਕੇ ਵਧੀਆ ਪਾਣੀ ਪੀਂਨੇ ਆ ਤਾਂ ਇਸ ਚੀਜ਼ ਪੱਖੋਂ ਮੈਨੂੰ ਲੱਗਦਾ ਵੀ ਬਹੁਤ ਜਿਹੜੀ ਦਿੱਕਤ ਆਉਂਦੀ ਹੈ ਹਾਰਚ ਜਿਵੇਂ ਤੁਸੀਂ ਕਹਿ ਵੀ ਇਹ ਜੇ ਐ ਇਕੱਠੀਆਂ ਪਾਈਪਾਂ ਹੋਣ ਤਾਂ ਫਿਰ ਤਾਂ ਬਹੁਤ ਦਿੱਕਤ ਹੋ ਜਾਂਦੀ ਹੈ ਹਨਾ ਵੀ ਬਹੁਤ ਔਖਾ ਹੋ ਜਾਂਦਾ ਕਿ ਦੋਨੇ ਪਾਈਪਾਂ ਇਕੱਠੀਆਂ ਹੋ ਜਾਂਦੀਆਂ ਵੀ ਕਈ ਵਾਰ ਕੋਈ ਪਾਰਾ ਜੇ ਕੋਈ ਗੱਡੀਕਾਰ ਲੰਘਦੀ ਉੱਤੋਂ ਦੀ ਤੇ ਉਹ ਤੇ ਫਿਰ ਪਾਈਪ ਨਾ ਫਟਣ ਦਾ ਡਰ ਰਹਿੰਦਾ ਹਨਾ ਵੀ ਵੇਖੋ ਜਿਵੇਂ ਅਸੀਂ ਇਸ ਗਲੀ 'ਚ ਪਾਈਪ ਪਵਾਈ ਇੱਕ ਸਾਈਡ ਤਾਂ ਅਸੀਂ ਪਾਈਪ ਪਵਾਈ ਹੈ ਸੀਵਰੇਜ ਦੀ ਹਨਾ ਤੇ ਇੱਕ ਸਾਈਡ ਪਵਾਈ ਦੂਜੀ ਪਾਈਪ ਵੀ ਸਾਨੂੰ ਇਹ ਦੋਨੇ ਪਾਈਪਾਂ ਇਕੱਠੀਆਂ ਨਾ ਹੋਣ ਵੀ ਅਲੱਗ-ਅਲੱਗ ਹੋਣ ਤਾਂ ਫਿਰ ਉਹ ਆਪਣੇ ਲਈ ਚੰਗੀਆਂ ਹੁੰਦੀਆਂ ਹਨਾ ਵੀ ਜੇ ਇੱਕ ਫਟ ਵੀ ਜਾਊਗੀ ਤੇ ਉਹਦਾ ਪਾਣੀ ਉੱਥੇ ਡੁੱਲਣ ਲੱਗ ਜੂ ਵੀ ਦੂਜੀ ਪਾਈਪ ਦੇ ਨਾਲ ਨਾ ਫ ਇੱਕ ਬਣੇ ਖਾਣ ਪੀਣ ਦਾ ਕਿੰਨਾ ਤੁਸੀਂ ਦੇਖੋ ਹਨ ਕਿੰਨੀ ਚੀਜ਼ ਚੇਂਜ ਹੋ ਜਾਂਦੀ ਆ ਆਪਾਂ ਪਿੰਡਾਂ ਦੇ ਵਿੱਚ ਕਿਸੇ ਘਰ ਤੋਂ ਪੁੱਛ ਲਓ ਕੋਈ ਆਪਾਂ ਨਵੀਂ ਚੀਜ਼ ਬਣਾਈ ਨਾ ਆਪਣੇ ਕੀ ਬਣਾਉਂਦੇ ਆ ਗੁਲਗਲੇ ਮਠੀਆਂ ਹੋਗੀਆਂ ਪੂੜੇ ਹੋਗੇ ਹਨਾ ਪਕੌੜੇ ਹੋਗੇ ਆ ਚੀਜ਼ ਆਪਾਂ ਬਣਾਉਂਨੇ ਪਿੰਡਾਂ ਦੇ ਵਿੱਚ ਕਦੇ ਵੀ ਮਿਲਦਾ ਆਪਾਂ ਪਿੰਡਾਂ ਦੇ ਵਿੱਚ ਇਹ ਨਹੀਂ ਦੇਖਦੇ ਹੈਗੇ ਵੀ ਅੱਜ ਕਿਸੇ ਘਰੇ ਪੀਜ਼ਾ ਬਣੀ ਜਾਂਦਾ ਹਨਾ ਤੇ ਸ਼ਹਿਰਾਂ ਦੇ ਵਿੱਚ ਜਦੋਂ ਮਿਲਦਾ ਆ ਪਾ ਜੀ ਖਣੀ ਤਾਂ ਆਪਾਂ ਇਹ ਮੰਨ ਲੈਂਦੇ ਵੀ ਹਾਂ ਹੁਣ ਅਸੀਂ ਸ਼ਹਿਰੀ ਹੋ ਗਏ ਹੈਣਾ ਉੱਥੇ ਆਪਾਂ ਮੈਨ ਲਾਦੇ ਨਾ ਆਪਾਂ ਗੁਲਗਲੇ ਮਠੀਆਂ ਨਹੀਂ ਬਣਾਉਂਦੇ ਜੇ ਘਰੇ ਕੋਈ ਚੀਜ਼ ਬਣਾਉਣੀ ਹੋਵੇ ਆਪਣੀ ਘਰਾਂ ਦੇ ਵਿੱਚ ਬੰਦ ਹੈ ਮੈਗੀ ਪਾਸਤਾ ਮਕਰੋਨੀ ਹੈਨਾ ਜਾਂ ਕੋਈ ਪੀਜ਼ਾ ਵਗੈਰਾ ਜਾਂ ਸੈਂਡਵਿਚ ਬਣਾਉਣ ਲੱਗਦੇ ਆ ਮਤਲਬ ਮੈਨੂੰ ਲੱਗਦਾ ਜਿਵੇਂ ਜਿਵੇਂ ਆਪਾਂ ਜੇ ਸ਼ਹਿਰ ਤੋਂ ਪਿੰਡ ਦੇ ਵਿੱਚ ਆਏ ਨਾ ਆਪਣਾ ਰਹਿਣ ਸਹਿਣ ਦੇ ਨਾਲ-ਨਾਲ ਖਾਣ ਪੀਣ ਵੀ ਬਦਲ ਜਾਂਦਾ ਹੈਨਾ ਆਪਣੀ ਬੋਲੀ ਵੀ ਬਦਲ ਜਾਂਦੀ ਆ ਆਪਾਂ ਕਹਿ ਦਿੰਨੇ ਆ ਕੋਈ ਆਪਣੇ ਨਾਲ ਦੇ ਸ਼ਹਿਰ ਦੇ ਵਿੱਚ ਰਹਿਣ ਗਿਆ ਹੋਵੇ ਨਾ ਤੇ ਜਦੋਂ ਕਿਤੇ ਆਪਾਂ ਨੂੰ ਮਿਲੇ ਆਪਾਂ ਕਹਿੰਨੇ ਤੇਰੇ ਤਾਂ ਕੋਈ ਮਤਲਬ ਤੇਰਾ ਤਾਂ ਬੋਲਣ ਦਾ ਢੰਗ ਵੀ ਬਦਲ ਗਿਆ ਹਨਾ ਤੇਰਾ ਤਾਂ ਹੁਣ ਅੱਗੇ ਨਾਲੋਂ ਬਦਲ ਗਿਆ ਜੀ ਵੀ ਹੁਣ ਤਾਂ ਤੂੰ ਸ਼ਹਿਰੀ ਹੋ ਗਿਆ ਹਨਾ ਤੇ ਵੀ ਉਹ ਬੰਦਾ ਪੂਰਾ ਬਦਲਿਆ ਵੀ ਆਪਾਂ ਨੂੰ ਮਿਲੂਗਾ ਇੱਕ ਗੱਲ ਤਾਂ ਹੈ ਵੀ ਸ਼ਹਿਰ 'ਚ ਬੰਦਾ ਰਹਿਣਾ ਸੈਣਾ ਜ਼ਰੂਰ ਸਿੱਖ ਲੰਦਾ ਬੇਖੋ ਅਰਤੀ ਜੀ ਜਿਵੇਂ ਤੁਸੀਂ ਕਹੇ ਵੀ ਪਿੰਡਾਂ ਚ ਆਪਾਂ ਆ ਚੀਜ਼ਾਂ ਬਣਾਉਨੇ ਆ ਤੇ ਸ਼ਹਿਰ ਚ ਆ ਬਣਾਉਨੇ ਹਨਾ ਵੀ ਤੁਹਾਡੇ ਵਾਲੀ ਗੱਲ ਵੀ ਜਿਵੇਂ ਸ਼ਹਿਰ ਚ ਅਗਲਾ ਕੋਈ ਬਣਾਉਂਦਾ ਹਨਾ ਵੀ ਕਈ ਵਾਰ ਬੱਚੇ ਵੀ ਫਿਰ ਵੇਖ ਲੈਂਦੇ ਆ ਹਨਾ ਵੀ ਐਂ ਕਹਿੰਦੇ ਵੀ ਉਹਨਾਂ ਘਰੇ ਆ ਚੀਜ਼ ਬਣੀ ਸੀ ਤੁਸੀਂ ਵੀ ਸਾਨੂੰ ਬਣਾ ਕੇ ਦੇਓ ਹਨਾ ਫਿਰ ਮਾਪਿਆਂ ਨੂੰ ਵੀ ਬਣਾ ਕੇ ਦੇਣੀ ਪੈਂਦੀ ਹੁੰਦੀ ਆ ਤੇ ਜਾਂ ਕਈ ਵਾਰ ਮਾਪਿਆਂ ਨੂੰ ਐਂ ਹੁੰਦਾ ਵੀ ਉਹ ਚੀਜ਼ ਆਪਾਂ ਕਿਸੇ ਦੇ ਵੇਖੀ ਆ ਜਾਂ ਪਿੰਡ ਚ ਨਹੀਂ ਪਤਾ ਲੱਗਦਾ ਜਾਂ ਸ਼ਹਿਰ ਚ ਆ ਕੇ ਪਤਾ ਲੱਗਦਾ ਅੱਜ ਕੱਲ੍ਹ ਤੇ ਮੈਨੂੰ ਲੱਗਦਾ ਫੂਨਾ ਤੇ ਹਰ ਇੱਕ ਚੀਜ਼ ਚ ਵੀ ਸ਼ਹਿਰ ਪਿੰਡ ਦੇ ਆਲੇ ਜਿਹੜੀਆਂ ਬੀਬੀਆਂ ਉਹ ਵੀ ਕਿਤੇ ਚੀਜ਼ ਅਸੀਂ ਵੀ ਆਪਦੇ ਬੱਚੇ ਨੂੰ ਕੋਈ ਨਵੀਂ ਤੋਂ ਨਵੀਂ ਚੀਜ਼ ਬਣਾ ਕੇ ਦੇਗੇ ਜਾਂ ਕੁਛ ਇਹਨਾਂ ਨੂੰ ਸਿਖਾਗੇ ਵੀ ਆਹ ਚੀਜ਼ ਨਵੀਂ ਵੀ ਇਹਨਾਂ ਨੇ ਖਾਣੀ ਹੈ ਨਾ ਵੀ ਇਹਨਾਂ ਨੂੰ ਕੁਛ ਦਾ ਪਤਾ ਲੱਗੇ ਹਾਂ ਪਿੰਡ ਜਦੋਂ ਆਪਾਂ ਸ਼ਹਿਰ ਚ ਰਹੀ ਹਾਂ ਨਾ ਆਪਾਂ ਕਹਿੰਨੇ ਆ ਪਿੰਡ ਫੋਨ ਕਰ ਦੋ ਪਿੰਡੋਂ ਆਪਾਂ ਆਹ ਚੀਜ਼ ਮੰਗਾ ਲੈਂਦੇ ਆ ਹਨਾ ਵੀ ਕਿਉਂਕਿ ਪਿੰਡ ਦੇ ਵਿੱਚ ਉਹ ਚੀਜ਼ਾਂ ਬਣਦੀਆਂ ਹੁਣ ਮੈਂ ਤਾਂ ਬਹੁਤ ਸਾਰੇ ਇਦਾਂ ਦੇ ਜਵਾਕ ਦੇਖਿਆ ਜਿਹੜੇ ਮੇਰੇ ਨਾਲ ਹੀ ਪੜਦੇ ਸੀ ਨਾ ਜਿਹੜੇ ਪਿੰਡਾਂ ਵਾਲੇ ਕੋਈ ਐਵ ਜੀ ਚੀਜ਼ਾਂ ਲੈ ਕੇ ਆਉਂਦੇ ਸੀ ਉਹ ਇੱਕ ਦੂਜੇ ਨਾਲ ਬਦਲਾ ਲੈਂਦੇ ਸੀ ਟਿਫਨ ਵੀ ਤੂੰ ਮੈਨੂੰ ਆਹ ਟਿਫਨ ਦੇ ਦੇ ਤੂੰ ਮੇਰਾ ਟਿਫਨ ਤੋ ਉਹ ਚੀਜ਼ਾਂ ਜਿਵੇਂ ਹੁਣ ਕੋਈ ਬੱਚਾ ਗੁਲਗੁਲੀ ਮੱਠੀਆਂ ਲੈ ਕੇ ਆਇਆ ਉਹ ਸ਼ਹਿਰ ਵਾਲੇ ਬੱਚੇ ਨੂੰ ਆਪਦੇ ਦੋਸਤ ਨੂੰ ਦੇ ਦਿੰਦਾ ਵੀ ਆ ਲੈ ਤੂੰ ਵੀ ਟੇਸਟ ਕਰਕੇ ਦੇਖ ਨਾ ਤੂੰ ਵੀ ਖਾ ਲੈ ਤੋ ਡਿਫਰੈਂਟ ਬਦਲਾ ਲੈਂਦੇ ਸੀ ਇੱਕ ਦੂਜੇ ਦੇ ਮਤਲਬ ਸ਼ੌਂਕ ਉਹਨਾਂ ਨੂੰ ਵੀ ਹੈਗਾ ਹਨਾ ਉਹਨਾਂ ਨੂੰ ਵੀ ਆਏ ਆ ਵੀ ਅਸੀਂ ਵੀ ਇਹ ਚੀਜ਼ਾਂ ਨੂੰ ਵਰਤ ਕੇ ਦੇਖੀਏ ਜਾਂ ਹਨਾ ਵੀ ਪਿੰਡ ਦੇ ਵਿੱਚ ਕਿੱਦਾਂ ਦਾ ਮਾਹੌਲ ਆ ਉਹ ਚੀਜ਼ਾਂ ਨੂੰ ਦੇਖੀ ਤਾਂ ਆਪਾਂ ਨੂੰ ਦਿਖਾਉਣਾ ਵੀ ਚਾਹੀਦਾ ਵੀ ਹਾਂ ਪਿੰਡਾਂ ਦਾ ਮਾਹੌਲ ਇਹ ਹੁੰਦਾ ਤੇ ਸ਼ਹਿਰਾਂ ਦਾ ਮਾਹੌਲ ਇਹ ਹੁੰਦਾ ਇਹ ਘਰਤੀ ਵਿੱਚ ਆ ਰਹੇ ਬੀਬੀਆਂ ਹਨਾ ਸ਼ਹਿਰ ਵਾਲਿਆਂ ਨੂੰ ਉੱਠਣ ਸਾਰ ਆਇ ਹੁੰਦਾ ਵੀ ਕੋਈ ਜਿਵੇਂ ਕੋਈ ਇਹਨਾਂ ਦੇ ਬੰਦੇ ਹੁੰਦੇ ਆ ਜਾਂ ਵੀ ਪੁੱਤ ਹੁੰਦੇ ਹਨਾ ਵੀ ਵੱਡੇ ਹੁੰਦੇ ਉਹਨਾਂ ਨੂੰ ਆਇ ਹੁੰਦਾ ਵੀ ਇਹਨਾਂ ਨੇ ਜੋਬ ਤੇ ਜਾਣਾ ਹੀ ਜਾਣਾ ਹੁੰਦਾ ਹਰ ਇੱਕ ਦਾ ਇਹੀ ਕੰਮ ਹੁੰਦਾ ਵੀ ਕਿਸੇ ਦੀ ਭਾਵੇਂ ਕੋਈ ਦੁਕਾਨ ਖੋਲੀ ਹੋਵੇ ਕੋਈ ਕੰਮ ਤੇ ਲੱਗਿਆ ਹੋਵੇ ਕਿਸੇ ਜੋਬ ਤੇ ਹੁੰਦਾ ਹੀ ਹੁੰਦਾ ਹੀ ਹੁੰਦਾ ਉਹਨਾਂ ਨੂੰ ਆਇ ਹੁੰਦਾ ਉੱਠਣ ਸਾਰ ਅਸੀਂ ਆਦਣਾ ਫੁਲਕਾ ਬਣਾਉਣਾ ਹਨਾ ਫੁਲਕਾ ਬਣਾਉਣਾ ਸਬਜੀ ਬਣਾਉਣੀ ਤੇ ਟੀਪਨ ਤਿਆਰ ਕਰਕੇ ਦੇਣੇ ਦੇਣਾ ਹਨਾ ਤੇ ਉਹਨਾਂ ਨੂੰ ਫਿਰ ਇਹ ਜ਼ਿੰਮੇਵਾਰੀ ਬਣ ਜਾਂਦੀ ਹੁੰਦੀ ਹੈ ਹਨਾ ਤੇ ਜੇ ਆਪਾਂ ਪਿੰਡਾਂ 'ਚ ਵੇਖੀਏ ਨਾ ਪਹਿਲਾਂ ਕਹਿ ਦਿੰਦੇ ਮੱਝਾਂ ਚੋਂਣੀਆਂ ਹਨਾ ਵੀ ਫਿਰ ਨਾ ਪਸ਼ੂ ਹਿਲ ਜਾਂਦੇ ਵੱਡਾ ਟਾਈਮ ਹੋ ਜਾਏ ਤਾਂ ਧਾਰਾ ਮਿਲਦੀਆਂ ਨਹੀਂ ਗੀਆਂ ਤੇ ਜਦੋਂ ਚੂਣ ਜਾਈ ਤੇ ਪਰ ਇਨਾ ਦਿਨਾਂ ਚ ਤਾਂ ਖਾਸ ਕਰਕੇ ਬਹੁਤ ਔਖਾ ਹੋ ਜਾਂਦਾ ਅਰਚੇ ਉਹਨਾਂ ਦਿਨਾਂ ਚ ਨਾ ਮੱਛਰ ਬਹੁਤ ਜ਼ਿਆਦਾ ਹੁੰਦਾ ਵੀ ਇੱਕ ਤਾਂ ਜਦੋਂ ਪਸ਼ੂ ਹੁੰਦੇ ਵੀ ਉਹ ਹਿਲਦੇ ਹੁੰਦੇ ਆ ਤੇ ਇੱਕ ਜਿਹੜਾ ਮੱਛਰ ਹੁੰਦਾ ਉਹ ਫਿਰ ਪੈਰਾਂ ਤੇ ਲੜਦਾ ਫਿਰ ਉਹਨਾਂ ਟਾਈਮਾਂ ਚ ਜਦੋਂ ਧਾਰ ਚੂਣੀ ਤਾਂ ਬਹੁਤ ਔਖੀ ਹੋ ਜਾਂਦੀ ਹੈ ਧਾਰ ਚੂਣੀ ਹਾਂ ਪਰ ਇਹ ਜਦੋਂ ਆਪਾਂ ਨਾ ਕਿਤੇ ਸਫਾਈ ਸਫਾਈ ਕਰਗੇ ਹਨਾ ਆਪਣੇ ਹੁਣ ਪਿੰਡ ਚ ਤਾਂ ਕੀ ਹੁੰਦਾ ਵੀ ਕੂੜਾ ਆਪਾਂ ਕਿਤੇ ਬਾਹਰ ਖੁੱਲੀ ਜਗ੍ਹਾ ਤੇ ਹਨਾ ਵੀ ਆਪਣੀਆਂ ਜਗ੍ਹਾ ਬਣੀਆਂ ਹੁੰਦੀਆਂ ਵੀ ਇੱਥੇ ਆਪਾਂ ਸੈੱਟ ਦੰਨੇ ਆ ਜਾਂ ਉਹ ਚੀਜ਼ ਨੂੰ ਇਕੱਠਾ ਕਰਕੇ ਆਪਾਂ ਕਿਤੇ ਪਾਸੇ ਅੱਗ ਲਾ ਦੰਨੇ ਆ ਹਨਾ ਸੌ ਸਾਧਨ ਹੁੰਦੇ ਆ ਆਪਣੇ ਕੋਲ ਪਿੰਡਾਂ ਦੇ ਵਿੱਚ ਹੁਣ ਸ਼ਹਿਰਾਂ ਦੇ ਵਿੱਚ ਆਪਾਂ ਸਾਫ਼ ਸਫਾਈ ਤਾਂ ਬਹੁਤ ਜ਼ਿਆਦਾ ਰੱਖਦੇ ਆ ਹਨਾ ਤਾਂ ਉਹ ਚੀਜ਼ ਆਪਾਂ ਕੀ ਆ ਬਾਹਰ ਦੇ ਵਿੱਚ ਇਕੱਠਾ ਕਰ ਦੰਨੇ ਜਿਵੇਂ ਕਹਿੰਦੇ ਹੁੰਦੇ ਆ ਨੱਕ ਨੋ ਲਾ ਕੇ ਗੱਲ ਨਾ ਲਾ ਲਈ ਉਹੀ ਚੀਜ਼ ਆ ਵੀ ਜੇ ਹੁਣ ਆਪਾਂ ਘਰੋਂ ਕੂੜਾ ਕੱਢ ਕੇ ਤੇ ਆਪਾਂ ਕੋਲੇ ਨਾ ਰੱਖ ਦੰਨੇ ਹਨਾ ਵੀ ਕੋਈ ਕੂੜੇ ਵਾਲਾ ਆਊਗਾ ਤੇ ਚੱਕ ਕੇ ਲੈ ਜਾਊਗਾ ਮਨ ਤੁਸੀਂ ਦੇਖੋ ਕੂੜੀ ਆਲਾ ਦੋ ਦਿਨ ਨਾ ਆਵੇ ਤੇ ਉਹ ਕੂੜਾ ਆਪਣਾ ਉੱਥੇ ਹੀ ਪਿਆ ਹਨਾ ਤਾਂ ਉਹ ਚੀਜ਼ ਕਿੰਡੀ ਬੁਰੀ ਲੱਗਦੀ ਜਦੋਂ ਆਪਾਂ ਕਰੋ ਕਰੇ ਐਂਟਰ ਕਰਦੇ ਹਣਾ ਤੇ ਉਹ ਚੀਜ਼ ਆਪਣੇ ਮੱਥੇ ਵਾਜਦੀ ਆ ਵੀ ਘਰੇ ਤਾਂ ਆਪਾਂ ਲੱਖ ਸਫਾਈ ਕੀਤੀ ਆ ਤੇ ਬਾਹਰ ਦੇ ਵਿੱਚ ਆਪਣੇ ਕੂੜਾ ਪਿਆ ਤਾਂ ਮੈਨੂੰ ਲੱਗਦਾ ਵੀ ਸ਼ਹਿਰ ਦੇ ਵਿੱਚ ਇਹ ਬਹੁਤ ਆਪਾਂ ਨੂੰ ਦਿੱਕਤ ਆਉਂਦੀ ਆ ਵੀ ਇੱਕ ਤਾਂ ਕੂੜਾ ਵਗੈਰਾ ਹੁਣ ਤੁਸੀਂ ਕਦੇ ਵੀ ਇਹ ਚੀਜ਼ ਦੇਖਿਓ ਵੀ ਜਦੋਂ ਕੋਈ ਆਪਣੇ ਪਿੰਡ ਆਲਾ ਬੱਚਾ ਸ਼ਹਿਰ ਦੇ ਵਿੱਚ ਆਊਗਾ ਨਾ ਆਪਣੇ ਕੋਲ ਚਾਹੇ ਦੋ ਦਿਨ ਰਹਿਣ ਆਜੇ ਚਾਹੇ ਆਪਣਾ ਕੋਈ ਰਿਸ਼ਤੇਦਾਰੀ ਆ ਹਨਾ ਉਹ ਬੱਚੇ ਨੂੰ ਬਹੁਤ ਦਿੱਕਤ ਆਊਗੀ ਵੀ ਮੈਂ ਹਾਈ ਆ ਚੀਜ਼ ਕਿਵੇਂ ਕਰਨੀ ਆ ਜਮੈਂ ਜੀ ਸਫਾਈ ਕੀਤੀ ਤਾਂ ਮੈਂ ਉਹ ਕੂੜਾ ਕਿੱਥੇ ਸਿੱਟ ਕੇ ਆਉਣਾ ਹਨਾ ਜਮੈਂ ਕੋਈ ਸਬਜ਼ੀ ਚੀਰੀ ਤਾਂ ਮੋਂ ਦੇ ਛਿਲਕੇ ਕਿੱਥੇ ਸਿੱਟੂੰਗਾ ਮਤਲਬ ਉਹਨੂੰ ਪਤਾ ਹੀ ਨਹੀਂ ਹੁੰਦਾਗਾ ਹੁਣ ਪਿੰਡਾਂ ਦੇ ਵਿੱਚ ਤਾਂ ਹੁੰਦਾ ਆਪਾਂ ਪਸ਼ੂ ਨੂੰ ਪਾ ਦਾਂਗੇ ਛਿਲਕੇ ਹਨਾ ਜੇ ਉਹ ਛਿਲਕੇ ਆਪਾਂ ਉਹ ਬਾਗੀਚੇ 'ਚ ਖਾਦ ਵਾਸਤੇ ਪਾ ਦਾਂਗੇ ਜਾਂ ਉਹ ਬਾਹਰ ਕਿਤੇ ਆਪਣੀਆਂ ਜਿਵੇਂ ਜਗ੍ਹਾ ਬਣੀਆਂ ਹੁੰਦੀਆਂ ਉੱਥੇ ਸਿੱਟਿਆਵਾਂਗੇ ਤਾਂ ਮੈਨੂੰ ਲੱਗਦਾ ਵੀ ਉਹ ਬੱਚੇ ਨੂੰ ਬਹੁਤ ਔਖਾ ਹੋ ਜਾਂਦਾ ਰਹਿਣਾ ਸਣਾ ਬਿਲਕੁਲ ਅਰ ਜਿਵੇਂ ਤੁਸੀਂ ਕਹੇ ਵੀ ਪਿੰਡ 'ਚ ਆਪਣੇ ਪਸ਼ੂ ਹੁੰਦੇ ਹਨਾ ਜਿਹੜੇ ਛਿਲਕੇ ਹੁੰਦੇ ਆਪਾਂ ਪਸ਼ੂਆਂ ਨੂੰ ਪਾ ਦਿੰਨੇ ਤੇ ਪਸ਼ੂ ਖਾ ਵੀ ਲੈਂਦੇ ਹਨਾ ਸ਼ਹਿਰਾਂ ਦੇ ਵਿੱਚ ਫਿਰ ਆਪਾਂ ਨੂੰ ਐ ਕਰਨਾ ਪੈਂਦਾ ਵੀ ਪਸ਼ੂ ਤਾਂ ਨਹੀਂ ਹੁੰਦੇ ਜੇ ਹਨਾ ਵੀ ਫਿਰ ਆਪਾਂ ਨੂੰ ਡੈਸਟਬਿਨ ਲਾਉਣੇ ਪੈਂਦੇ ਆਲੇ ਹੁੰਦੇ ਫਿਰ ਉਹ ਵੀ ਅਗਲਾ ਚੱਕ ਕੇ ਉਹਨਾਂ ਨੂੰ ਵਿੱਚ ਪਾ ਦਿੰਦਾ ਹੈ ਨਾ ਵੀ ਇੱਥੇ ਫਿਰ ਜਿਹੜੀ ਕੋਈ ਚੀਜ਼ ਹੁੰਦੀ ਹੈ ਸਾਨੂੰ ਆਏ ਹੁੰਦਾ ਵੀ ਡਸਟਬਿਨ ਦੇ ਵਿੱਚ ਪਾ ਦਈਏ ਹੈ ਨਾ ਵੀ ਪਿੰਡਾਂ 'ਚ ਜਿਹੜੇ ਹੁੰਦੇ ਆ ਵੀ ਆਪਾਂ ਕੂੜਾ ਕਾੜਾ ਜਿਵੇਂ ਸਿੱਟਦੇ ਆ ਜਾਂ ਰੂੜੀਆਂ ਵੀ ਲੱਗੀਆਂ ਹੁੰਦੀਆਂ ਵੀ ਆਪਾਂ ਉਧਰ ਵੀ ਸਿੱਟ ਦਿੰਨੇ ਆ ਹੈ ਨਾ ਤੇ ਫਿਰ ਇੱਥੇ ਡਸਟਬਿਨ 'ਚ ਪਾਉਣੀ ਪੈਂਦੀ ਫਿਰ ਜਦੋਂ ਕੂੜੇ ਵਾਲਾ ਫਿਰ ਆਉਂਦਾ ਫਿਰ ਆਪਾਂ ਨੂੰ ਉਸੇ ਨੂੰ ਚਕਾਉਣਾ ਪੈਂਦਾ ਇਹ ਕੂੜਾ ਜੀ ਪਿੰਡ 'ਚ ਵੀ ਬਹੁਤ ਵਧੀਆ ਜੀਵਨ ਜਿਹਾ ਜਾਂਦਾ ਤੇ ਸ਼ਹਿਰ ਦੇ ਵਿੱਚ ਵੀ ਹੈਨਾ ਸ਼ਹਿਰ ਦੇ ਵਿੱਚ ਜਿਵੇਂ ਤੁਸੀਂ ਕਹੇ ਵੀ ਆਪਾਂ ਨੂੰ ਰਹਿਣ ਸਹਿਣ ਦਾ ਪਤਾ ਲੱਗ ਜਾਂਦਾ ਹੈਨਾ ਤੇ ਪਿੰਡ ਦੇ ਵਿੱਚ ਹੁੰਦਾ ਜਿਹੜੀ ਉਹ ਖੁੱਲੀ ਜਗ੍ਹਾ ਹੁੰਦੀ ਤੇ ਫੁੱਲਾ ਖਾਣ ਪੀਣ ਹੁੰਦਾ ਹੈਨਾ ਤੇ ਜਿਵੇਂ ਆਪਾਂ ਕੋਈ ਜੇ ਕੋਈ ਜ਼ਿਆਦਾ ਮੋਟਾ ਡਾਡਾ ਹੋਵੇ ਤਾਂ ਆਪਾਂ ਕਹਿੰਦੇ ਨੇ ਇਹ ਤਾਂ ਪਿੰਡੋਂ ਆਇਆ ਲੱਗਦਾ ਹੈਨਾ ਬਹੁਤ ਖਰਾ ਖਾਦੀ ਹੋਈ ਏ ਦੀ ਤਾਂ ਜੀ ਵਕਤ ਹੋ ਗਿਆ ਭੈਣੀ ਇਜਾਜ਼ਤ ਲੈਣ ਦਾ ਬਿਲਕੁਲ ਅਰਚ ਆਪੇ ਇਸੇ ਤਰ੍ਹਾਂ ਦਰਸ਼ਕਾਂ ਨਾਲ ਸਾਂਝ ਪਾਉਂਦੀ ਰਹਾਂਗੇ ਜੀ ਫਿਰ ਮਿਲਦੇ ਆ ਕਿਸੇ ਨਵੇਂ ਟੌਪਿਕ ਦੇ ਨਾਲ ਤੇ ਕਰਦੇ ਆ ਗੱਲਬਾਤ ਤਦ ਤੱਕ ਲਈ ਦੇਖਦੇ ਰਹੋ ਵਿ ਸਾਡੀ ਪਹਿਚਾਣ